ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ ਸੋ ਗੋ ਐਂਡ ਸਬਸਕ੍ਰਾਈਬ ਓ ਮੈਂਡੀ ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ नमस्कार अदाब प्यार भरी सत श्री अकाल मैं थोड़ा अपना रवनीत लेके आया थोड़ा अपना मन पसंदीदा शो शो का नाम है ITI कॉलेज फॉर वुमेन कदगिल पिंड ते तन तन जिला बहुत वधिया माझे च आए हैं अज तन तन वो कहिंदे शहर किहड़ा तुहाडा किहड़ा ये तन तन वाले है ते कदगिल पिंड है बहुत वधिया कैंपस है और बच्चों नाल गलबात करदे हैं शुरुआत करदे हैं छोटे ਸਰ ਬਹੁਤ ਦੂਰ ਆ ਖਾਲੜੇ ਲਾਗੇ ਬਾਰਡਰ ਲਾਗੇ ਅੱਛਾ ਬਾਰਡਰ ਲਾਗੇ ਗਏ ਤੁਸੀਂ ਸਰ ਬਹੁਤ ਦੂਰ ਆ ਕਾਟੀ ਜਾਈਦਾ ਵਾ ਅੱਛਾ ਟੱਪ ਤਾਂ ਨਹੀਂ ਗਏ ਕੌਣ ਆ ਉੱਥੇ ਸਰ ਨਾਨਕੇ ਆ ਖਾਲੜੇ ਹਾਂਜੀ ਓਕੇ ਓਕੇ ਕਿੰਨੇ ਮਾਮੇ ਸਰ ਤਿੰਨ ਮਾਮੇ ਆ ਅੱਛਾ ਵੱਡੇ ਮਾਮੇ ਦਾ ਕੀ ਨਾਮ ਸਰ ਮੇਜਰ ਸਿੰਘ ਮੇਜਰ ਸਿੰਘ ਹਾਂਜੀ ਦੂਜੇ ਨੰਬਰ ਤੇ ਸਰ ਜਸਪਾਲ ਸਿੰਘ ਜਸਪਾਲ ਸਿੰਘ ਜੀ ਤੀਜੇ ਨੰਬਰ ਵਾਲੇ ਲਖਵਿੰਦਰ ਸਿੰਘ ਮੇਜਰ ਸਿੰਘ ਜੀ ਕੀ ਕਰਦੇ ਆ ਸਰ ਉਹ ਦਾ ਬਿਜ਼ਨਸ ਹੀ ਕਰਦੇ ਆ ਉਹਨਾਂ ਦਾ ਆਪਣਾ ਬਿਜ਼ਨਸ ਆ ਅੱਛਾ ਤੇ ਜਸਪਾਲ ਸਿੰਘ ਜੀ ਸਰ ਉਹ ਖੇਤੀਬਾੜੀ ਕਰਦੇ ਆ ਤੇ ਤੀਜੇ ਨੰਬਰ ਵਾਲੇ ਸਰ ਉਹ ਵਿਲੇ ਇੱਕ ਮਾਮਾ ਵਿਲਾ ਹਾਂਜੀ ਚਲੋ ਬਹੁਤ ਵਧੀਆ ਕੀ ਸੁਣਾਓਗੇ ਸਰ ਮੈਂ ਸੌਂਗ ਸੁਣਾਉਂਗੀ ਤੁਹਾਨੂੰ ਸੁਣਾਓ ਜੀ ਸੁਣਾਓ ਅਕਰਮਪ੍ਰੀਤ ਜੀ ਉਰਤੀ ਤੇਰੀ ਤੇ ਢੋਲ ਮੇਰਿਆ ਲੂੰਗੀ ਓਏ ਵੱਟ ਪੁਆਨੀਆਂ ਮੇਰੇ ਰੇਸ਼ਮ ਦੀਆਂ ਡੋਰਾਂ ਵੇ ਕੋਈ ਆਉਂਦਾ ਆਉਂਦਾ ਖੋਲੇ ਹੋ ਗਿਆ ਵੇ ਕੋਈ ਆਉਂਦਾ ਆਉਂਦਾ ਖੋਲੇ ਹੋ ਗਿਆ ਜਿਹਦੀਆਂ ਦੂਰ ਤੋਂ ਜਿਹਦੀਆਂ ਦੂਰ ਤੋਂ ਪਛਾਣਦੀ ਮੈਂ ਤੋਰਾਂ अपने बहुत क्यूट हो तुसी गॉड ब्लेस यू खुश रहो ਮੈਂ ਹੀ ਦੱਸਦੀ ਮੈਂ ਹਰੀਕੇ ਲਾਗੇ ਰਹਿੰਦੀ ਹਾਂ ਅੱਛਾ ਹਰੀਕੇ ਲਾਗੇ ਕਿਹੜਾ ਪਿੰਡ ਸਬਰਾ ਸਬਰਾ ਤੇ ਨੌਕ ਨੇ ਰੱਖਿਆ ਤੁਹਾਡਾ ਰਵਨੀਤ ਮੇਰੇ ਮੰਮਾ ਨੇ ਓਕੇ ਪਰਿਵਾਰ ਚ ਕੌਣ ਕੌਣ ਪਾਪਾ ਮੰਮਾ ਮੈਂ ਮੇਰੀ ਸਿਸਟਰ ਨੇ ਤੇ ਮੇਰੇ ਜੀਜੂ ਪਾਪਾ ਜੀ ਮੰਮਾ ਜੀ ਦੀਦੀ ਜੀ ਵੈਰੀ ਗੁੱਡ ਜੀਜੂ ਜੀ ਵੈਰੀ ਗੁੱਡ ਹਾਂਜੀ ਮੈਂ ਸਿਆਣੇ ਬਣਾ ਤੇ ਮੈਂ ਜੀ ਮੈਂ ਤੁਸੀਂ ਜੀ ਹਾਂਜੀ ਵਾਹ ਜੀ ਵਾਹ ਡੈਡੀ ਕੀ ਕਰਦੇ ਜੀ
ਉਹ ਮੁੰਬਈ ਸ਼ਿਪ ਵਿੱਚ ਕੰਮ ਕਰਦੇ ਨੇ ਗੈਸ ਪੈਟਰੋਲ ਦਾ। ਹਾਂਜੀ। ਕਿੰਨੇ ਟਾਈਮ ਬਾਅਦ ਆਉਂਦੇ ਫਿਰ? 6-7 ਮਹੀਨੇ। ਓਕੇ, ਹੁਣ ਕਦੋਂ ਆਏ ਸੀ? ਹੁਣ 2 ਮਹੀਨੇ ਹੋਏ ਆਏ ਸੀ, ਹੁਣ ਫੇਰ ਚਲੇ ਗਏ ਨੇ। ਅੱਛਾ, ਕਦੋਂ ਗਏ? 2 ਮਹੀਨੇ ਹੋਏ ਚਲੇ ਗਏ। ਨਹੀਂ, 2 ਮਹੀਨੇ ਪਹਿਲਾਂ ਤੇ ਆਏ ਤੇ 2 ਮਹੀਨੇ ਪਹਿਲੇ ਚਲ ਗਏ। 2 ਮਹੀਨੇ ਰੁਕੇ ਨੇ, ਫੇਰ ਚਲੇ ਗਏ। 2 ਮਹੀਨੇ ਪਹਿਲਾਂ ਆਏ ਨੇ, 2 ਮਹੀਨੇ ਰੁਕੇ ਨੇ ਤੇ ਕਦੋਂ ਗਏ ਨੇ? ਥੋੜਾ ਟਾਈਮ ਹੀ ਹੋਇਆ, ਥੋੜੇ ਦਿਨ। ਕਦੋਂ ਗਏ ਨੇ? 10 ਕੁ ਦਿਨ ਹੋਏ ਹੋਣ। 10 ਕੁ ਦਿਨ ਹੋਏ। ਹਾਂਜੀ। ਓਕੇ ਓਕੇ ਓਕੇ। ਦੱਸੋ ਨਾ ਫਿਰ ਕਦੋਂ ਗਏ ਨੇ? ਅੰਕਲ ਜੀ ਦਾ ਕੀ ਨਾਮ ਹੈ? ਸਰਦਾਰ ਸਿੰਘ ਜੀ। ਚਲੋ ਚਲੋ, ਉਹਨਾਂ ਨੂੰ ਸਤਿ ਸ੍ਰੀ ਅਕਾਲ, ਬੜੀ ਮਿਹਨਤ ਕਰਦੇ ਨੇ ਉਹ, ਤੁਸੀਂ ਉਹਨਾਂ ਦੇ ਸੁਪਨੇ ਪੂਰੇ ਕਰਨੇ। ਹਾਂਜੀ ਜੀ। ਆਂਟੀ ਜੀ ਹਾਊਸ ਵਾਈਫ ਨੇ। ਹਾਂਜੀ। ਤੇ ਵੀਰਾ? ਬ੍ਰਦਰ ਨਹੀਂ ਹੈ, ਸਿਸਟਰ ਨੇ ਦੋਨੋਂ। ਹਾਂਜੀ। ਉਹ ਵਿਆਹੇ ਗਏ? ਹਾਂਜੀ। ਉਹਨਾਂ ਦਾ ਕੀ ਨਾਮ ਹੈ? ਅਵਨੀਤ। ਅੱਛਾ, ਉਹਨਾਂ ਦਾ ਅਵਨੀਤ। ਤੁਹਾਡੇ ਬਾਹਰ ਆ ਰਹਾ ਲਾਤਾ ਅੱਗੇ? ਹਾਂਜੀ, ਆ ਲਾਤੀ, ਬਾਕੀ ਉਹਦਾ ਸੇਮ। ਬਾਕੀ ਸਾਰਾ ਸਿਸਟਰ। ਹਾਂਜੀ। ਓਕੇ ਓਕੇ। ਕਿੱਥੇ ਵਿਆਹੇ ਗਏ ਹੋ? ਭਾਜੀ ਕਰਦੇ ਆ ਜੀਜਾ ਜੀ? ਜੀਜੂ ਮੇਰੇ ਹਸਪੀਟਲ ਚ ਸੁਪਰਵਾਈਜ਼ਰ ਨੇ। ਓਕੇ, ਕਦੋਂ ਹੋਇਆ ਭੈਣ ਜੀ ਦਾ ਵਿਆਹ? 4 ਸਾਲ ਹੋ ਗਏ ਨੇ। ਅੱਛਾ, 4 ਸਾਲ ਹੋ ਗਏ। ਜੀਜੂ ਜੀ ਦੀ ਸਭ ਤੋਂ ਵਧੀਆ ਕੁਆਲਿਟੀ? ਜੀਜੂ ਦੀ ਮੇਰੀ ਹਰ ਇੱਕ ਵਿਸ਼ ਪੂਰੀ ਕਰ ਦਿੰਦੇ ਨੇ, ਮੇਰੇ ਨਾਲ ਸਪੋਰਟਰ ਨੇ ਮੇਰੇ। ਅੱਛਾ, ਤੁਹਾਨੂੰ ਸਪੋਰਟ ਕਰਦੇ ਨੇ ਮਤਲਬ? ਹਾਂਜੀ। ਤੁਹਾਨੂੰ ਕੋਈ ਵੀ ਜੇ ਕੋਈ ਵਿਸ਼ ਵੀ ਹੋਵੇ ਤਾਂ ਉਹ ਪੂਰੀ ਕਰ ਦਿੰਦੇ ਨੇ, ਤੁਹਾਨੂੰ ਹੌਸਲਾ ਦਿੰਦੇ ਨੇ। ਹਾਂਜੀ, ਬਹੁਤ ਵਧੀਆ ਉਹਨਾਂ ਦੀ ਕੁਆਲਿਟੀ ਹੈ। ਤੇ ਕਿਹੜੀ ਚੀਜ਼ ਨਹੀਂ ਪਸੰਦ? ਡਰਿੰਕ ਕਰ ਲੈਂਦੇ ਨੇ। ਅੱਛਾ, ਉਹ ਮਾੜਾ ਮਾੜਾ ਗੱਲ ਜੀਜੂ ਨੇ ਨਾ? ਚਲੋ ਬਹੁਤ ਵਧੀਆ, ਗੋਡ ਬਲੈਸ ਯੂਅਰ ਸਿਸਟਰ, ਗੋਡ ਬਲੈਸ ਯੂਅਰ ਜੀਜਾ ਜੀ। ਤੇ ਕੋਈ ਨੀ, ਥੋੜੀ ਥੋੜੀ ਲਾਣ, ਕੋਈ ਚੱਕਰ ਨਹੀਂ। ਟੈਨਸ਼ਨ ਹੁੰਦੀ ਨਾ ਹਸਪੀਟਲ ਚ? ਹਾਂਜੀ ਹਾਂਜੀ ਹਾਂਜੀ, ਕਾਫੀ ਟੈਨਸ਼ਨ ਹੁੰਦੀ ਨਾ, ਕਾਫੀ ਪੇਸ਼ੈਂਟਸ ਹੁੰਦੇ। ਉਹ ਉਹ ਸੁਪਰਵਾਈਜ਼ਰ ਹੈ ਕਿ ਤੁਸੀਂ ਹੋ? ਉਹ ਸੁਪਰਵਾਈਜ਼ਰ ਨੇ ਨਾ ਦੱਸਦੇ ਨੇ ਕਿ ਇਹ ਪੇਸ਼ੈਂਟ ਦੇਖ ਕੇ ਫਿਰ ਉਹ ਤਰ੍ਹਾਂ ਹੁੰਦਾ ਇਹਨੇ, ਫਿਰ ਉਹਨਾਂ ਨੂੰ ਟੈਨਸ਼ਨ, ਫਿਰ ਆਣ ਕੇ ਥੋੜਾ ਰੈਸਟ। ਅੱਛਾ, ਪੇਸ਼ੈਂਟ ਦੇ ਕੇ ਟੈਨਸ਼ਨ ਹੋਦੀ ਮੁੜ ਕੇ ਪੈਗ ਲਾ ਲੈਂਦੇ ਆ। ਮੁੜ ਕੇ ਪੈਗ ਲਾ ਲੈਂਦੇ ਨੇ, ਸਹੀ ਹੋ ਜੇਗਾ। ਅੱਛਾ, ਮੁੜ ਕੇ ਆਪ ਤੇ ਹੀ ਟੈਨਸ਼ਨ? ਨਹੀਂ 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 ਨਹੀਂ, ਮੁੜ ਕੇ ਟੈਨਸ਼ਨ ਦੂਰ ਹੁੰਦੀ। ਹਾਂਜੀ। ਚਲੋ ਬਹੁਤ ਵਧੀਆ। ਕਿਹੜੀ ਕਲਾਸ ਪੜ੍ਹਦੇ ਇੱਥੇ? ਕਾਸਮੈਟੋਲੋਜੀ। ਇਹ ਕੀ ਹੈ ਜੀ? ਬਿਊਟੀ ਪਾਰਲਰ। ਅੱਛਾ ਅੱਛਾ, ਉਹ ਹੈ ਉਹ? ਅੱਛਾ 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 ਅੱਛਾ, ਉਹ ਹਾਂਜੀ, ਇਹ ਸਭ ਕੁਝ। ਤੁਸੀਂ ਬਸ ਸਾਲ ਬਾਅਦ ਮੇਲਾ ਹੀ ਲੁੱਟਣਾ ਹੁਣ। ਓਕੇ ਓਕੇ ਓਕੇ। ਇਹ ਤਾਂ ਬਹੁਤ ਆਪਣਾ ਇਸ ਜਿਹੜਾ ਇਹ ਤੁਸੀਂ ਲਾਈਨ ਚੁਣੀ ਹੈ, ਇੱਥੇ ਤਾਂ ਕਹਿੰਦੇ ਕਾਫੀ ਪੈਸਾ ਅੱਗੇ ਬਹੁਤ ਜ਼ਿਆਦਾ। ਇਹਦੇ ਵਿੱਚ ਨਾ ਅਬਰੋਡ ਦੇ ਵਿੱਚ ਜਾ ਕੇ ਵੀ ਕਾਫੀ ਮਤਲਬ ਫਿਊਚਰ ਸੇਫ ਹੈ। ਪਤਾ ਕੀ, ਜਨਾਨੀਆਂ ਸਾਰੇ ਪਾਸੇ ਜਿੱਥੇ ਮਰਜ਼ੀ ਤਿਆਰ ਕਰੋ, ਕਰਤਾਰ ਕਰੋ, ਅੰਮ੍ਰਿਤਸਰ ਕਰੋ, ਜਲੰਧਰ ਕਰੋ, ਜਨਾਨੀਆਂ ਦਾ ਕੀ ਕੰਮ ਹੈ ਤਿਆਰ ਹੋਣਾ? ਤਿਆਰ ਹੋ ਕੇ ਸੋਨੇ ਲੱਗੇ ਜਿੱਦਾਂ ਮਰਜ਼ੀ ਪਾਊਡਰ ਲਾ ਦਿਓ ਐਂ ਕਰਕੇ, ਕੋਈ ਕਹਿੰਦਾ 50,000 ਬਣ ਗਿਆ, ਉਹਨਾਂ ਨੇ ਕਹਿਣਾ ਬਹੁਤ ਵਧੀਆ, ਥੈਂਕ ਯੂ। ਹਾਂਜੀ ਐਂ ਹੈ ਨਾ? ਹਾਂਜੀ, ਬਹੁਤ ਵਧੀਆ। ਪਰ ਨਹੀਂ, ਇਹ ਔਖਾ ਕੰਮ ਹੈ, ਕਿਸੇ ਨੂੰ ਸ਼ਿੰਗਾਰਨਾ ਬਹੁਤ ਵੱਡਾ, ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ। ਹਾਂਜੀ, ਪਰ ਤੁਸੀਂ ਆਪਣੇ ਫੀਲਡ ਦੇ ਵਿੱਚ ਬਹੁਤ ਵਧੀਆ ਤਰੱਕੀ ਕਰੋ। ਕੀ ਸੁਣਾਓਗੇ? ਡਾਂਸ ਕਰਨਾ ਹੈ ਮੈਂ। ਓਕੇ, ਡਾਂਸ। ਸਤਿ ਸ੍ਰੀ ਅਕਾਲ ਜੀ, ਬੋਲਦੇ ਨੀ ਤੁਸੀਂ? ਹੈ ਜੀ, ਬੋਲਦੀ ਆ, ਬੋਲਦੀ ਆ, ਨਾ ਬੋਲੋ, ਬੋਲਣ ਨਹੀਂ ਦੇ, ਕਰੋ ਮਾਈਕ ਲਾਗੇ। ਹਾਂਜੀ ਹਾਂਜੀ, ਕੀ ਨਾਮ ਤੁਹਾਡਾ? ਜਸਵਿੰਦਰ ਕੌਰ। ਕਿੱਥੋਂ ਜੀ? ਜੋਧਪੁਰ ਤੋਂ। ਜੋਧਪੁਰ ਤੋਂ? ਹਾਂਜੀ। ਕਿੱਥੇ ਕੁ ਪੈਂਦਾ ਜੋਧਪੁਰ ਜੀ? ਮਾਝਾ ਕਾਲਜ ਗਏ ਸੀ ਨਾ ਤੁਸੀਂ? ਆਹੋ ਗਿਆ ਜੀ। ਹਾਂਜੀ, ਉੱਥੇ ਹੈ ਜੀ, ਉੱਥੇ ਪਿੱਛੇ ਮਾਝਾ ਕਾਲਜ ਦੇ ਮੰਗਰ। ਅੱਛਾ, ਮਾਝਾ ਕਾਲਜ ਦੇ ਪਿੱਛੇ ਪਾਸੇ ਜਿਹੜੀ ਉਹ ਥਾਂ ਛੱਡੀ ਕਾਲਜ ਵਾਲਿਆਂ ਨੇ, ਉੱਥੇ ਤੁਸੀਂ ਘਰ ਪਾਇਆ ਹੈ ਜੀ? ਉਹਦੇ ਮਗਰ ਪਿੰਡ ਆ, ਉਹਦੇ ਵਿੱਚ ਮੈਂ ਰਹਿੰਦੀ ਆ। ਅੱਛਾ, ਮਾਝੇ ਕਾਲਜ ਦੇ ਮਗਰ ਪਿੰਡ ਵਾ, ਤੇ ਪਿੰਡ 'ਚ ਤੁਸੀਂ ਰਹਿੰਦੇ ਜੇ? ਹਾਂਜੀ। ਓਕੇ ਓਕੇ। ਕੌਣ ਕੌਣ ਜੀ ਘਰੇ, ਸਾਰੇ ਠੀਕ ਠਾਕ? ਹਾਂਜੀ। ਕੌਣ ਕੌਣ ਜੀ ਪਰਿਵਾਰ 'ਚ? ਮੰਮੀ, ਡੈਡੀ ਜੀ, ਦੋ ਵੱਡੇ ਆ। ਹਾਂਜੀ ਹਾਂਜੀ ਹਾਂਜੀ, ਮੰਮੀ ਜੀ, ਡੈਡੀ ਜੀ, ਦੋ ਵੀਰ ਜੀ, ਤੇ ਇੱਕ ਮੇਰੀ ਛੋਟੀ ਸਿਸਟਰ। ਓਕੇ, ਟੋਟਲ ਕਿੰਨੇ ਹੋ ਗਏ ਜੀ? 6 ਜਾਣੇ ਮੈਂ ਵਿੱਚ ਪਾ ਕੇ। ਟੋਟਲ 6 ਜੀ ਹੋ ਗਏ ਫਿਰ। ਹਾਂਜੀ, ਚਲੋ ਪਰਮਾਤਮਾ ਜੀਆਂ ਨੂੰ ਖੁਸ਼ ਰੱਖੇ। ਥੈਂਕ ਯੂ ਜੀ। ਅੰਕਲ ਕੀ ਕਰਦੇ ਜੀ? ਦਿਹਾੜੀ ਦਾ ਪੱਕਾ। ਓਕੇ, ਆਪਣਾ ਕੰਮ ਕਰਦੇ ਨੇ। ਚਲੋ, ਮਿਹਨਤ ਕਰਦੇ ਨੇ, ਬਹੁਤ ਵਧੀਆ। ਕੀ ਨਾਮ ਅੰਕਲ ਜੀ ਦਾ?
ਜਸਵੰਤ ਸਿੰਘ ਅੰਕਲ ਜੀ ਨੂੰ ਮੈਂ ਮੱਥਾ ਟੇਕਦਾ, ਮੇਰੇ ਵੱਲੋਂ ਉਹਨਾਂ ਨੂੰ ਜਾ ਕੇ ਸਤਿ ਸ੍ਰੀ ਅਕਾਲ ਜ਼ਰੂਰ ਬੁਲਾਇਓ। ਹਾਂਜੀ ਠੀਕ ਠਾਕ ਜੀ। ਇੱਥੇ ਕਿਹੜੀ ਕਲਾਸ ਲਿਆ ਦਾਖਲਾ? ਕਾਸਮੈਟੋਲੋਜੀ। ਉਹੀ ਪਾਰਲਰ ਵਾਲਾ? ਹਾਂਜੀ ਪਾਰਲਰ ਵਾਲਾ ਹੀ। ਵੈਰੀ ਗੁੱਡ, ਕੇ ਕਰ ਦੋ ਤਿਆਰ ਸਾਰਾ ਪੰਜਾਬ। ਹਾਂਜੀ ਤੁਹਾਨੂੰ ਹੀ ਡੇਕਣ ਦੀਆਂ ਵੋਟੀਆਂ ਗਾ। ਇਹੀ ਇਹੀ ਕਿਉਂ ਜੁਆਇਨ ਕੀਤਾ, ਮਤਲਬ ਇਹ ਇਹ ਲਾਈਨ ਕਿਉਂ ਚੂਜ਼ ਕੀਤੀ, ਕੀ ਇੰਟਰਸਟ ਸੀ, ਕੀ ਸੀ ਮਤਲਬ? ਇੰਟਰਸਟ ਦਾ ਕਰਕੇ, ਸ਼ੌਂਕ ਦਾ ਕਰਕੇ ਸੀਗਾ। ਸ਼ੌਂਕ? ਕਿੰਨੇ ਸਾਲਾਂ ਦਾ ਕੋਰਸ ਹੁੰਦਾ ਇਹ? 1 ਸਾਲ ਦਾ। ਇੱਥੇ ਤਾਂ ਇੱਥੇ 1 ਸਾਲ ਦਾ ਹੀ ਹੈ। ਤੇ ਗਾਂ ਫਿਰ ਗਾਂ ਕੀ ਏਮ ਹੈ, ਕੀ ਸੋਚਿਆ ਵੀ ਇਹ ਕੋਰਸ ਕਰਕੇ ਕਿੱਧਰ ਨੂੰ, ਇੱਥੇ ਰਹਿਣਾ ਬਾਹਰ ਨੂੰ ਜਾਣਾ? ਫਿਰ ਪਾਰਲਰ ਦਾ ਅੱਗੇ ਕੁਛ ਕਰਾਂਗੇ, ਹਜੇ ਸੋਚਿਆ ਨਹੀਂ। ਅੱਛਾ ਜੀ, ਚਲੋ ਤੁਸੀਂ ਜੋ ਵੀ ਸੋਚੋ, ਸੋਚਿਆ ਕਿਉਂ ਨਹੀਂ, ਚੱਲਣ ਡਿਆ? ਅਸੀਂ ਸੋਚਣ ਡਏ ਆ। ਅੱਛਾ ਜੀ, ਸੋਚਣ ਡਏ ਆ ਜੀ। ਓਕੇ ਓਕੇ ਓਕੇ, ਜਦੋਂ ਸੋਚਣ ਲੱਗੇ ਰਾਤ ਪੈ ਜਾਂਦੀ, ਸੋ ਜਾਂਦੇ ਹੋਣੇ। ਕੀ ਸੁਣਾਓਗੇ? ਸੌਂਗ ਸੁਣਾਓਗੇ। ਸੁਣਾਓ ਜੀ, ਸੁਣਾਓ ਜੀ, ਸੁਣਾਓ, ਪਾਰੋ ਲਾ ਲਿਓ, ਸੁਣਾਓ। ਕੰਗੀ ਵਾਵਾਂ ਤੇ ਦੁਖਣ ਮੇਰੇ ਵਾਲ ਨੀ ਮਾਏ, ਕੰਗੀ ਵਾਵਾਂ ਤੇ ਦੁਖਣ ਮੇਰੇ ਵਾਲ ਨੀ ਮਾਏ, ਮੈਂ ਤਾਂ ਹੋ ਗਈ ਆ ਹਾਲੋ ਬੇਹਾਲ ਨੀ ਮਾਏ, ਓ ਮੈਂ ਤਾਂ ਹੋ ਗਈ ਆ ਹਾਲੋ ਬੇਹਾਲ ਨੀ ਮਾਏ, ਕੰਗੀ ਵਾਵਾਂ ਤੇ ਦੁਖਣ ਮੇਰੇ ਵਾਲ ਨੀ ਮਾਏ, ਕੰਗੀ ਵਾਵਾਂ ਤੇ ਦੁਖਣ ਮੇਰੇ ਵਾਲ ਨੀ ਮਾਏ, ਹੋ ਸੋਹਣਾ ਕੋੜਾ ਥਾਣੇਦਾਰ ਨੀ ਮਾਏ, ਜਦੋਂ ਤੁਰਦਾ ਤੇ ਲੱਗਦਾ ਥਾਣੇਦਾਰ ਨੀ ਮਾਏ, ਕੰਗੀ ਵਾਵਾਂ ਤੇ ਦੁਖਣ ਮੇਰੇ ਵਾਲ ਨੀ ਮਾਏ, ਕੰਗੀ ਵਾਵਾਂ ਤੇ ਦੁਖਣ ਮੇਰੇ ਵਾਲ ਨੀ ਮਾਏ, ਹੋ ਚੀਰੇ ਵਾਲਾ ਤੇ ਆਇਆ ਮੈਨੂੰ ਲੈਣ ਨੀ ਮਾਏ, ਹੋ ਚੀਰੇ ਵਾਲਾ ਤੇ ਆਇਆ ਮੈਨੂੰ ਲੈਣ ਨੀ ਮਾਏ, ਸੋਹਣੇ ਲੱਗਦੇ ਨੇ ਮੈਨੂੰ ਉਹਦੇ ਨੈਣ ਨੀ ਮਾਏ, ਸੋਹਣੇ ਲੱਗਦੇ ਨੇ ਮੈਨੂੰ ਉਹਦੇ ਨੈਣ ਨੀ ਮਾਏ, ਕੰਗੀ ਵਾਵਾਂ ਤੇ ਦੁਖਣ ਮੇਰੇ ਵਾਲ ਨੀ ਮਾਏ। ਸਤਿ ਸ੍ਰੀ ਅਕਾਲ ਜੀ, ਕੀ ਨਾਂ ਤੁਹਾਡਾ ਜੀ? ਸੁਨੀਤਾ। ਸੁਨੀਤਾ ਜੀ ਕਿੱਥੋਂ ਜੀ? ਸਰ ਬਾਗੜੀਆਂ ਤੋਂ। ਬਾਗੜੀਆਂ ਕਿੱਧਰ ਨੂੰ ਪੈਂਦਾ ਜੀ? ਸਰ ਇੱਧਰ ਕਦਗਿੱਲ ਦੇ ਨਾਲ ਹੀ। ਇੱਧਰ ਸੜਕ ਨਹੀਂ ਜਾਣ ਦੀ? ਜਾਂ ਸੜਕ ਐ ਨੂੰ ਜਾਣ ਦੀ ਜਾਂ ਐ ਨੂੰ? ਸਰ ਜਿਹੜੀ ਇੱਥੋਂ ਜਾ ਕੇ ਆਉਣ ਨੂੰ ਜਾਂਦੀ ਹੋ। ਕਿੱਧਰੋਂ ਕਿੱਧਰੋਂ? ਇੱਧਰੋਂ ਪਹਿਲਾਂ ਇੱਧਰੋਂ ਕਾਲੇ ਤੋਂ ਨਿਕਲ ਕੇ ਸੱਜੇ ਆਉਣਾ? ਨਹੀਂ ਸਰ, ਬਾਹਰ ਹੀ ਜਾਣਾ, ਸੱਜੇ ਸੱਜੇ ਹੀ। ਆਓ ਸੱਜੇ, ਇੱਕ ਖੱਬੇ ਵੀ ਜਾ ਸਕਦੇ ਆ। ਖੱਬੇ ਵੀ ਮੜ ਜਾਣਾ ਉੱਤੋਂ ਰੋਡ ਤੋਂ। ਅੱਛਾ। ਹਾਂਜੀ। ਕਾਤੇ ਆਉਂਦੇ ਤੁਸੀਂ? ਆਟੋ ਤੇ। ਆਟੋ ਤੇ? ਓਕੇ। ਕਿੰਨਾ ਟਾਈਮ ਲੱਗਦਾ ਇੱਥੋਂ? ਸਰ 10 ਮਿੰਟ। 10 ਮਿੰਟ? ਓਕੇ। ਸਵੇਰੇ ਕੀ ਖਾਦਾ? ਸਰ ਕੁਛ ਨਹੀਂ। ਕਿਉਂ? ਚਾਹ ਕੱਲੀ ਪੀਤੀ। ਅੱਛਾ, ਕੱਲੀ ਚਾਹ? ਸਰ ਚਾਹ ਬਣਾਈ ਨਾ ਤੁਸੀਂ ਆਉਣਾ ਇਸ ਕਰਕੇ। ਤੇ ਦੁਪਹਿਰੇ? ਸਰ ਦੁਪਹਿਰ ਇੱਥੇ ਆ, ਹੁਣ ਤੁਸੀਂ ਖਵਾ ਕੇ ਜਾਓਗੇ ਜੋ ਖਾਵਾਂਗੇ। ਹੁਣ ਤੇ ਤੁਹਾਡੇ ਵੱਲ ਆ ਇਸ ਟਾਈਮ। ਅੱਛਾ ਅੱਛਾ, ਸਵੇਰੇ ਕੱਲੀ ਚਾਹ ਪੀਤੀ ਵੀ ਉਹਨੇ ਆਉਣਾ, ਦੁਪਹਿਰੇ ਉਹ ਆ ਗਿਆ ਤੇ ਉਹ ਰੋਟੀ ਖਵਾਵੇ, ਤੁਹਾਡੀ ਭਲੀ ਹੋ ਜੇ। ਭੁੱਖੇ ਹੀ ਚੱਲਣ ਡਿਆ ਕੰਮ, ਗੈਸਾਂ ਪੱਕੀਆਂ ਬੰਦ ਕਰ ਛੜੀਆਂ ਤੇ ਵੀ ਉਹ ਆਊਗਾ ਤੇ ਆਪੇ ਉਹਦੇ ਉਹਦੇ ਸਿਰ ਤੇ ਹੀ ਕੰਮ। ਹਾਂਜੀ। ਅੱਛਾ, ਮੈਂ ਉੱਥੋਂ ਤੁਹਾਨੂੰ ਰੋਟੀ ਖਵਾਉਣ ਆਇਆ, ਤੁਸੀਂ ਨਾ ਕੋਈ ਕਿਤੇ ਆਟਾ ਗੁੰਨ ਦਿਓ। ਚਲੋ, ਰਾਤ ਕੀ ਖਾਧਾ? ਰਾਤ ਖਾਧਾ ਕੁਛ? ਹਾਂਜੀ। ਸ਼ੁਕਰ ਆ ਖਾ ਲਿਆ ਤੁਸੀਂ। ਕੀ ਖਾਧਾ ਸੀ? ਰਾਤ ਕੀ ਬਣਿਆ ਸੀ? ਸਰ ਰੋਟੀ ਚੌਲ ਤੇ ਸਬਜ਼ੀ। ਕਿਹੜੀ? ਸਰ ਚਨੇ। ਚਨੇ? ਹਾਂਜੀ। ਸਵਾਦ ਹੀ ਕਿਨੇ ਬਣਾਏ ਸੀ? ਸਰ ਮੈਂ ਆਪ ਹੀ। ਅੱਛਾ, ਬਹੁਤ ਵਧੀਆ। ਕੁਕਿੰਗ ਦਾ ਵੀ ਸ਼ੌਂਕ ਹੈ ਤੁਹਾਨੂੰ? ਹਾਂਜੀ। ਆਓ ਤਾਂ ਹੀ ਚਨੇ ਬਣਾਏ, ਘਰੇ ਕਰਨਾ ਹੀ ਪੈਂਦਾ ਸਰ। ਆ ਕਰਨਾ ਕਰਨਾ ਤੁਸੀਂ ਕਰਨਾ, ਹੋਰ ਕਿਹਦਾ ਨੇ ਕਰਨਾ ਹੁਣ? ਮੈਂ ਤਾਂ ਹੀ ਦੇਖਿਆ, ਮੈਂ ਹੀ ਬਣਾਏ ਆ। ਵੈਰੀ ਗੁੱਡ। ਹੋਰ ਘਰ 'ਚ ਹੱਥ ਕੌਣ ਵਟਾਉਂਦਾ ਨਾਲ? ਸਰ ਮੰਮੀ। ਭੈਣ ਭਰਾ? ਭੈਣ ਦੀ ਸ਼ੌਪ ਆ ਆਪਣੀ ਪਾਰਲਰ ਦੀ, ਉੱਥੇ ਜਾਂਦੇ। ਅੱਛਾ। ਤੇ ਬ੍ਰਦਰ ਵੇਲੇ? ਛੋਟਾ ਪੜਦਾ, ਵੱਡਾ ਵੇਲਾ। ਅੱਛਾ ਅੱਛਾ, ਇੱਕ ਵੇਲਾ ਇੱਕ ਪੜਦਾ? ਹਾਂਜੀ। ਚਲੋ ਵਧੀਆ ਵਧੀਆ, ਜਦੋਂ ਛੋਟਾ ਪੜ ਗਿਆ ਵੱਡਾ ਕੰਮ ਤੇ ਲਾਜੂ, ਉਹਨੂੰ ਛੋਟਾ ਵੇਲਾ ਹੋਜੂ, ਇੱਕ ਤਾਂ ਵੇਲਾ ਵੀ ਠੀਕ ਰਹਿਣਾ ਜੀ ਦਾ ਘਰੇ। ਹਾਂਜੀ ਸਰ, ਫਿਰ ਆਈ ਚਲਾਈ ਚੱਲਦੀ ਰਹਿੰਦੀ ਰਹਿੰਦੀ ਹੈ ਘਰੇ। ਹਾਂਜੀ। ਬਹੁਤ ਵਧੀਆ। ਕੀ ਸੁਣਾਓਗੇ? ਸਰ ਡਾਂਸ। ਤੁਸੀਂ ਕਿਹੜਾ ਕੋਰਸ ਕਰਦੇ? ਉਹੀ ਸਰ ਡਰੈਸ ਮੇਕਿੰਗ। ਅੱਛਾ, ਇਹ ਚ ਕੀ ਹੈ ਜੀ? ਸਰ ਸਟਿਚਿੰਗ। ਵੈਰੀ ਗੁੱਡ। ਹਾਂਜੀ। ਤੇ ਹੋਰ ਹੋਰ ਇਹ ਚ ਕੀ ਕੀ ਹੈ, ਮਤਲਬ ਇੱਕ ਸਟਿਚਿੰਗ ਹੋ ਗਈ? ਸਟਿਚਿੰਗ ਹੀ ਹੈ ਇਹਦੇ ਚ। ਕੱਲੀ ਸਟਿਚਿੰਗ ਹੀ ਹੈ? ਹਾਂਜੀ। ਬਾ ਠੀਕ ਹੈ, ਬਹੁਤ ਵਧੀਆ। ਸੁਣਾਓ ਫਿਰ ਕੀ ਸੁਣਾਓਗੇ? ਸਰ ਡਾਂਸ। ਅੱਛਾ, ਡਾਂਸ ਸੁਣਾਓਗੇ? ਹਾਂਜੀ ਸਰ, ਕਰੂੰਗੀ। ਕਿਹੜੇ ਗਾਣੇ ਦੇ? ਸਰ ਕਰਨ ਔਜਲਾ ਰਿਵਰਸ ਚੰਗੇ। ਓਕੇ, ਡਾਂਸ ਉਹਨਾਂ ਕੀ ਕਰਨਾ ਜਿੰਨਾ ਹੋਵੇ, ਕਿਉਂਕਿ ਰੋਟੀ ਤੁਸੀਂ ਖਾਧੀ ਨਹੀਂ ਸਵੇਰੇ।
ਸਰ ਉਹ ਨਹੀਂ ਉਹ ਮੇਰਾ ਸ਼ੌਂਕ ਉਹ ਮੈਂ ਵਾਧੂ ਕਰਦੀ ਹਾਂ ਬਾ ਠੀਕ ਹੈ ਚੱਕ ਦੋ ਫੱਟੇ ਮਨਪ੍ਰੀਤ ਕੌਰ ਕਿੱਥੋਂ ਜੀ ਤਰਨਤਾਰ ਤਰਨਤਾਰ ਹਾਂਜੀ ਨੇੜੇ ਪਿੰਡ ਕੋਈ ਕਿ ਖਾਸ ਤਰਨਤਾਰ ਰਹਿੰਦੇ ਗੋਲਵੜ ਕਿਹੜਾ ਗੋਲਵੜ ਗੋਲ ਵੜ ਗੋਲ ਹੀ ਹੈ ਸਾਰੇ ਉੱਥੇ ਹਾਂਜੀ ਬੰਦੇ ਤਗੜੇ ਰਹਿੰਦੇ ਉੱਥੇ ਮੈਨੂੰ ਲੱਗਦਾ ਹਾਂਜੀ ਮੇਰੇ ਤੋਂ ਹਿਸਾਬ ਲਾ ਲਓ ਬਸ ਹਾਂ ਪਿੰਡ ਦਾ ਨਾਮ ਤੁਸੀਂ ਪੂਰਾ ਪਿੰਡ ਦੇ ਟੁਕੰਡੇ ਚ ਹਾਂਜੀ ਕੀ ਸ਼ੌਂਕ ਤੁਹਾਡੇ ਹੋਬੀਜ਼ ਕੀ ਨੇ ਗੋਲ ਜੀ ਗੋਲਵਾਲ ਜੀ ਗੋਲਵਾਲ ਪਿੰਡ ਹਾਂਜੀ ਵਾਹ ਜੀ ਵਾਹ ਵਾਹ ਨਾਂ ਕੀ ਮਨਪ੍ਰੀਤ ਮਨਪ੍ਰੀਤ ਜੀ ਕੀ ਆਪਣਾ ਸ਼ੌਂਕ ਕੀ ਤੁਹਾਡੇ ਮਨਪ੍ਰੀਤ ਜੀ ਸ਼ੌਂਕ ਤੇ ਬਹੁਤ ਸਾਰੇ ਆ ਕਿ ਰੱਬ ਵੀ ਕਨਫਿਊਜ਼ਨ ਹੋ ਜਾਂਦਾ ਹੀ ਮਤਲਬ ਵੀ ਰੋਜ਼ ਹੀ ਸ਼ੌਂਕ ਬਦਲਿਆ ਜਾਂਦਾ ਹਾਂਜੀ ਰੋਜ਼ ਤੇ ਰੋਜ਼ ਮਤਲਬ ਸ਼ੌਂਕ ਬਦਲਿਆ ਜਾਂਦਾ ਅੱਜ ਕਿਹੜਾ ਜੀ ਅੱਜ ਡਾਂਸ ਦਾ ਅੱਜ ਡਾਂਸ ਦਾ ਜੀ ਹਾਂਜੀ ਓਕੇ ਤੇ ਕੱਲ ਕਿਹੜਾ ਹੀ ਸ਼ੌਂਕ ਕੱਲ ਜਿਹੜਾ ਲੰਘ ਗਿਆ ਖਾਣ ਦਾ ਵੀ ਹੋਣਾ ਤੁਹਾਨੂੰ ਸ਼ੌਂਕ ਹਾਂਜੀ ਕੱਲ ਖਾਣ ਦਾ ਸੀਗਾ ਅੱਛਾ ਕੀ ਖਾਦਾ ਫਿਰ ਮਟਰ ਪਨੀਰ ਮਿਰਚ ਪੂਰੀ ਤੇਜ਼ ਹੋਵੇ ਪੂਰੀ ਮਿਰਚ ਚਟਨੀ ਪੂਰੀ ਫੁੱਲ ਮਕਰੋਨੀ ਪਾਸਤਾ ਸੇਤ ਜਿੱਧਰ ਮਰਜ਼ੀ ਜਾਵੇ ਸੇਤ ਹਾਂਜੀ ਕੋਈ ਲੈਣਾ ਦੇਣਾ ਨਹੀਂ ਵਧੀਆ 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 ਹਾਂਜੀ ਬਰਗਰ ਨਹੀਂ ਇੰਨਾ ਟੇਸਟੀ ਲੱਗਦਾ ਬਰਗਰ ਨਹੀਂ ਬਰਗਰ ਨਾਲ ਫਿਰ ਤੁਹਾਡਾ ਮੁਕਾਬਲਾ ਹੈ ਨਾ ਮਤਲਬ ਉਹ ਚੀਜ਼ ਨਹੀਂ ਵਧੀਆ ਲੱਗਦੀ ਜਿਹੜੀ ਹੱਥੀ ਮੈਂ ਪਲੇਟ 'ਚ ਹਾਂਜੀ ਥੋੜੀ ਭਰੀ ਜੀ ਹੋਵੇ ਹਾਂਜੀ ਵੈਰੀ ਗੁੱਡ ਥੋੜੇ ਨਾ ਕੁਝ ਬਣਦਾ ਹੀ ਨਹੀਂ 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 ਬਣਦਾ ਥੋੜਾ ਨਾ ਨਹੀਂ ਬਣਨਾ ਜਾਨ ਥੋੜਾ ਨਾ ਨਹੀਂ ਬਣਨਾ ਬੇਟੇ ਹਾਂਜੀ ਆ ਬੰਦਾ ਬਹੁਤ ਵਧੀਆ ਹਾਂਜੀ ਹੋਰ ਕੀ ਸੁਣਾਓਗੇ ਡਾਂਸ ਕਰਕੇ ਦਿਖਾਉਂ ਓਕੇ ਸਰ ਮੇਰੀ ਮੰਮਾ ਤੁਹਾਡੇ ਬਹੁਤ ਵੱਡੇ ਫੈਨ ਆ ਥੈਂਕ ਯੂ ਆਂਟੀ ਜੀ ਮੈਨੂੰ ਪਤਾ ਬਹੁਤ ਔਖਾ ਹੁੰਦਾ ਹੋਊਗਾ ਰਸੋਈ 'ਚ ਪਰ ਕੋਈ ਨਹੀਂ ਆਪਣੀ ਕੁੜੀ ਹੋਈ ਆਂਟੀ ਜੀ ਹਵਾਈ ਚੱਲੋ ਬਹੁਤ ਵਧੀਆ ਆਂਟੀ ਜੀ ਨਾਲ ਹੈਲਪ ਵੀ ਕਰਾਉਂਦੇ ਹੁੰਦੇ ਹੋ ਹਾਂਜੀ ਜਾ ਕੇ ਕਾਲਜ ਤੋਂ ਸਾਰਾ ਕੰਮ ਮੈਂ ਕਰਦੀ ਹਾਂ ਅੱਛਾ ਕਿਹੜਾ ਮਤਲਬ ਕਿ ਜਿੱਦਾਂ ਸਭ ਮੰਮੀ ਸਬਜ਼ੀ ਬਣਾ ਲੇ ਫੁਲਕੇ ਮੈਂ ਲਗਾ ਲੈਣੇ ਆ ਅੱਛਾ ਭਾਂਡੇ ਬਰਤਨ ਵੀ ਮੈਂ ਸਾਫ ਕਰਨੇ ਆ ਤੁਹਾਡੀ ਭਲੀ ਹੋਵੇ ਇਹ ਝੂਠ ਹੀ ਬੋਲਣ ਦੇ ਕਿ ਸੱਚ ਨਹੀਂ ਸੱਚ ਵਾ ਅੱਛਾ ਚਲੋ ਫੇਰ ਤੇ ਵਧੀਆ ਕੰਮ ਹਾਂਜੀ ਸੱਚ ਵਾ ਚਲੋ ਡਾਂਸ ਹਾਂਜੀ ਡਾਂਸ ਤੁਹਾਡਾ ਦੇਖਦੇ ਆ
ਤੁਹਾਡਾ ਕੀ ਨਾਮ ਜੀ ਸਰ ਕਾਜਲ ਕਾਜਲ ਜੀ ਕਿੱਥੋਂ ਬੜੀ ਬਾਤ ਕਰ ਸਰ ਟੋਟੀਆਂ ਕਿੱਥੋਂ ਸਰ ਟੋਟੀਆਂ ਟੋਟੀਆਂ ਹਾਂਜੀ ਕਿੱਥੇ ਪੈਂਦਾ ਜੀ ਇਹ ਸਰ ਸੇਰੋਂ ਤੋਂ ਅੱਗੇ ਸੇਰੋਂ ਕਿੱਥੇ ਪੈਂਦਾ ਤਰਨਤਾਰਨ ਤੋਂ ਅੱਗੇ ਤਰਨਤਾਰਨ ਤੋਂ ਅੱਗੇ ਇੱਥੇ ਤੁਸੀਂ ਬੱਸੇ ਆਉਂਦੇ ਫਿਰ ਹਾਂਜੀ ਓਕੇ ਕਿੰਨਾ ਟਾਈਮ ਲੱਗਦਾ ਜੀ ਅੱਧਾ ਘੰਟਾ ਬੜੀ ਛੇਤੀ ਮੁਕਾਇਆ ਤੁਸੀਂ ਤੇ 5 ਮਿੰਟਾਂ ਕੋ ਅੱਧਾ ਘੰਟਾ ਮੁਕਾਦਾ ਅੱਧਾ ਘੰਟਾ ਕਿਹੜੀ ਕਲਾਸ ਪੜ੍ਹਦੇ ਸਰ ਕੋਪਾ ਕੈ ਕੋਪਾ ਕੰਪਿਊਟਰ ਕੋਰਸ ਕਰ ਰਹੀ ਹਾਂ ਕੋਪਾ ਹਾਂਜੀ ਕੰਪਿਊਟਰ ਕੋਰਸ ਕੰਪਿਊਟਰ ਕੋਰਸ ਹਾਂਜੀ ਕੀ ਬਣਨਾ ਚਾਹੁੰਦੇ ਸਰ ਜਿੱਦਾਂ ਰੱਬ ਲੈ ਗਿਆ ਵੈਸੇ ਵੀ ਸ਼ੌਂਕ ਕਦੇ ਸੋਚਿਆ ਨਹੀਂ ਨਾ ਕਦੇ ਸੋਚਿਆ ਹੀ ਨਹੀਂ ਓਕੇ ਵੈਸੇ ਸ਼ੌਂਕ ਕੀ ਹੈ ਹੌਬੀਜ਼ ਕੀ ਨੇ ਸਰ ਫੋਨ ਜਾਣਦਾ ਫੋਰਨ ਫੋਰਨ ਕਿਹੜੀ ਕੰਟਰੀ ਸਿੰਗਾਪੁਰ ਵੈਸੇ ਸਿੰਗਾਪੁਰ ਗਿਆ ਪਹਿਲਾਂ ਕੋਈ ਉੱਥੇ ਸਿਸਟਰ ਦੀਦੀ ਜੀ ਰੀਅਲ ਸਿਸਟਰ ਹਾਂਜੀ ਵੱਡੇ ਕਿ ਛੋਟੇ ਵੱਡੇ ਓਕੇ ਕਿੱਥੇ ਸਿੰਗਾਪੁਰ ਚ ਸਰ ਇਹ ਨਹੀਂ ਪਤਾ ਚਲੋ ਸਿੰਗਾਪੁਰ ਦੇ ਗਏ ਬਸ ਵੀਰਾ ਵੀ ਹੈਗਾ ਕੋਈ ਸਰ ਹਾਂਜੀ ਉਹ ਨਿੱਕੇ ਨੇ ਉਹ 7 ਚ ਓਕੇ 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 ਚਲੋ ਬਹੁਤ ਵਧੀਆ ਹੋਰ ਪਰਿਵਾਰ ਚ ਪੇਰੈਂਟਸ ਸਰ ਮਮ ਡੈਡ ਤੇ ਬ੍ਰਦਰ ਸਿਸਟਰ ਓਕੇ ਡੈਡੀ ਕੀ ਕਰਦੇ ਨੇ ਜੀ ਪਾਪਾ ਸਰ ਪੱਠੇ ਤੇ ਕੰਮ ਕਰਦੇ ਨੇ ਬਹੁਤ ਵਧੀਆ ਜੀ ਆਪਣਾ ਕੰਮ ਹੱਥੀ ਕੰਮ ਮਿਹਨਤ ਵਾਲਾ ਕੰਮ ਹਾਂਜੀ ਚਲੋ ਪ੍ਰਮਾਤਮਾ ਰਾਜੀ ਰੱਖੇ ਚੜ੍ਹਦੀ ਕਲਾ ਚ ਰੱਖੇ ਪਰਿਵਾਰ ਨੂੰ ਤੰਦਰੁਸਤ ਰਹਿਣ ਕੀ ਸੁਣਾਓਗੇ ਸਰ ਸੌਂਗ ਤੂੰ ਹੀ ਮੇਰਾ ਪੁੱਤ ਵੇ ਤੂੰ ਹੀ ਮੇਰੀ ਤੀਨੀ ਲੱਗ ਜੇ ਉਮਰ ਮੇਰੀ ਤੂੰ ਜੁਗ ਜੁਗ ਜੀਨੀ ਕਾਲਜ ਚ ਦਾਖਲਾ ਮਿਲੇ ਦੁਤੀਏ ਰਾਣੀਏ ਕਾਲਜ ਚ ਦਾਖਲਾ ਮਿਲੇ ਦੁਤੀਏ ਤੈਨੂੰ ਦੋ ਬੱਚਨ ਚਲੀ ਦੇ ਵਿੱਚ ਪਾਈ ਜਿੱਥੇ ਜਿੱਥੇ ਪੈਰ ਰੱਖੇਗੀ ਉੱਥੇ ਉੱਥੇ ਹੱਥ ਰੱਖੂਗਾ ਇਹ ਆਪਣੇ ਵੱਲੋਂ ਬਣਾ ਲਿਆ ਤੁਸੀਂ ਗਾਣਾ ਤੇ ਇਹ ਹੈ ਵੀ ਜਿੱਥੇ ਜਿੱਥੇ ਪੈਰ ਧਰੇਗੀ ਉੱਥੇ ਉੱਥੇ ਜਾਨਵਰ ਤੇ ਤੁਸੀਂ ਕਹਿੰਦੇ ਜਿੱਥੇ ਜਿੱਥੇ ਪੈਰ ਰੱਖੇਗੀ ਤੁਹਾਨੂੰ ਵੇਖ ਕੇ ਯਾਦ ਭੁੱਲ ਗਿਆ ਹਾਂਜੀ ਤੁਹਾਨੂੰ ਵੇਖ ਕੇ ਯਾਦ ਭੁੱਲ ਗਿਆ ਯਾਦ ਹੀ ਭੁੱਲ ਗਿਆ ਕਹਿੰਦੇ ਜਿੱਥੇ ਜਿੱਥੇ ਪੈਰ ਰੱਖੇਗੀ ਉੱਥੇ ਤੇ ਮੈਂ ਹੱਥ ਰੱਖੂਗਾ ਮੈਂ ਸ਼ਰਾਈ ਹੋਇਆ ਹੱਥ ਰੱਖੂਗਾ ਉੱਥੇ ਵੀ ਕੁੜੀ ਭਾਵੇਂ ਖੂਹ ਚ ਜਾਵੇ ਤੇ ਮੈਂ ਹੱਥ ਰੱਖੀ ਜਾਵਾਂ ਵਾਹ ਉਹ ਤੁਹਾਡੀ ਭਲੀ ਹੋ ਜੇ ਇਹ ਗਾਣਾ ਨੀ ਹੈਗਾ ਤੇ ਨਾ ਹੀ ਕੋਈ ਜਿੱਥੇ ਜਿੱਥੇ ਤੂੰ ਤੁਰੇ ਤੇ ਮੈਂ ਹੱਥ ਰੱਖਾਂ ਮੇਰੇ ਤੋਂ ਰੱਖੇ ਨੀ ਜਾਣੇ ਉਹ ਗਾਣਾ ਹੋਰ ਜੇ ਠੀਕ ਆ ਚੀਜ਼ ਨਾਲ ਸਵੇਰੇ ਕੀ ਖਾਦਾ ਤੁਸੀਂ ਕੀ ਖਾ ਕੇ ਆਏ ਹੋ ਮੈਂ ਕੁਝ ਨਹੀਂ ਖਾਦਾ ਪਾਣੀ ਪੀ ਕੇ ਆਈ ਬਸ ਕੱਲਾ ਪਾਣੀ ਵੀ ਪੀਤਾ ਤੁਸੀਂ ਹਾਂਜੀ ਬਾਬਾ ਮੇਰ ਕਦੇ ਰੋਟੀ ਰੋਟੀ ਖਾਇਆ ਕਰੋ ਪਕੌਣੀ ਆਉਂਦੀ ਤੁਹਾਨੂੰ ਇਹ ਹਾਂਜੀ ਕੀ ਰੋਟੀ ਅੱਛਾ ਚਾਵਲ ਨਹੀਂ ਅੱਛਾ ਚੌਲ ਆਉਂਦੇ ਨਹੀਂ ਰੋਟੀ ਆਉਂਦੀ ਤੁਹਾਨੂੰ ਮੈਗੀ ਬਣਾਉਣੀ ਆਉਂਦੀ ਅੱਛਾ ਸਾਰਿਆਂ ਮੈਗੀ ਤੇ ਚੱਲਣ ਡਿਆ ਕੰਮ ਸਾਰਿਆਂ ਦਾ ਚਲੋ ਬਹੁਤ ਵਧੀਆ ਥੈਂਕ ਯੂ ਸੋ ਮਚ ਕੀ ਗੱਲ ਜੀ ਕੀ ਹਾਲ ਚਾਲ ਜੀ ਵਧੀਆ ਜੀ ਤੁਸੀਂ ਸੁਣਾਓ ਜੀ ਵਧੀਆ ਵਧੀਆ ਕੀ ਨਾਂ ਜੀ ਸਿਮਰਨਪ੍ਰੀਤ ਕੌਰ ਕੀ ਪੇਸ਼ ਕਰੋਗੇ ਡਾਂਸ ਕਿਹੜੇ ਗਾਣੇ ਤੇ ਜੁੱਤੀ ਐਮੀ ਵਿਰਕ ਜੁੱਤੀ ਹਾਂਜੀ ਤੇ ਤੁਹਾਡੀ ਤੇ ਹੈ ਨਹੀਂ ਤੂੰ ਤੇ ਲਾਏ ਜੇ ਹਾਂਜੀ ਕਿੱਥੇ ਰਹਿੰਦੇ ਤੁਸੀਂ ਪੱਟੀ ਹਾਂਜੀ ਵਾਹ ਜੀ ਵਾਹ 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 ਪੱਟੀ ਸ਼ਹਿਰ ਚਲੋ ਬੈਸਟ ਆਫ ਲੱਕ ਬੈਸਟ ਵਿਸ਼ਸ ਚੱਕ ਦੋ ਫਟੇ
ਦੁਬਾਰਾ ਨਿੱਕੀ ਜੀ ਆਇਆਂ ਨੂੰ ਸ਼ੋਅ ਦੇ ਵਿੱਚ ਤੁਸੀਂ ਬਣੇ ਹੋਏ ਹੋ ਜਿਹੜੇ ਹੁਣ ਟੀਵੀ ਸੈੱਟ ਸਾਹਮਣੇ ਬੈਠੇ ਨੇ ਮੈਂ ਹੈਗਾ ਤਾਂ ਨਾਰਾਜ਼ ਆ ਤੁਹਾਡੇ ਨਾਲ ਕਿਉਂਕਿ ਤੁਸੀਂ ਲੇਟ ਆਏ ਪਰ ਚਲੋ ਕੋਈ ਨਹੀਂ ਤੁਹਾਡਾ ਸ਼ੋਅ ਹੈ ਤੁਹਾਡੀਆਂ ਦੁਆਵਾਂ ਇਹ ਸ਼ੋਅ ਤੁਸੀਂ ਯੂਟਿਊਬ 'ਤੇ ਵੀ ਦੇਖ ਸਕਦੇ ਹੋ ਕਦਗਲ ਪਿੰਡ 'ਚ ਰੌਣਕਾਂ ਲੱਗੀਆਂ ਹੋਈਆਂ ਨੇ ਗਵਰਨਮੈਂਟ ITI ਕਾਲਜ ਫੋਰ ਵੁਮੈਨ ਬੱਚਿਆਂ ਦੇ ਵਿੱਚ ਬਹੁਤ ਜੋਸ਼ ਬੱਚਿਆਂ ਦੇ ਵਿੱਚ ਬਹੁਤ ਟੈਲੈਂਟ ਬੱਚਿਆਂ ਦੇ ਵਿੱਚ ਬਹੁਤ ਕੌਨਫੀਡੈਂਸ ਸੋ ਇੱਕ ਵਾਰ ਜ਼ੋਰਦਾਰ ਤਾੜੀ ਆਪਣੇ ਸਤਿ ਸ਼੍ਰੀ ਅਕਾਲ ਜੀ ਸਰ ਮੇਰਾ ਨਾਮ ਹਰਦੀਪ ਕੌਰ ਆ ਤੇ ਮੈਂ ਤਰਨ ਤਾਰਨ ਲਾਗੇ ਪਿੰਡ ਸੰਘੇ ਤੋਂ ਆਈ ਹਾਂ ਤੇ ਮੈਨੂੰ ਪੇਂਟਿੰਗ ਦਾ ਬਹੁਤ ਸ਼ੌਂਕ ਆ ਤੇ ਮੈਨੂੰ ਪਤਾ ਲੱਗਾ ਤੁਸੀਂ ਅੱਜ ਇੱਥੇ ਆਉਣਾ ਵਾ ਮੈਂ ਆਪਣੇ ਹੱਥਾਂ ਨਾਲ ਤੁਹਾਡੇ ਲਈ ਇੱਕ ਛੋਟਾ ਜਿਹਾ ਤੋਹਫਾ ਤਿਆਰ ਕੀਤਾ ਥੈਂਕ ਯੂ ਇਹ ਮੈਂ ਖੋਲ ਕੇ ਹੁਣੇ ਇੱਥੇ ਵੇਖਾਂ ਹਾਂਜੀ ਜਿੱਦਾਂ ਤੁਹਾਡੀ ਮਰਜ਼ੀ ਨਹੀਂ ਮੈਂ ਜਿੱਦਾਂ ਤੁਹਾਡੀ ਮਰਜ਼ੀ ਤੁਸੀਂ ਦੱਸੋ ਹਾਂਜੀ ਦੱਸੋ ਸਰ ਦੇਖ ਲਓ ਅੱਛਾ ਬਾਕੀ ਨੂੰ ਦਿਖਾ ਦਈਏ ਨਾ ਫਿਰ ਹਾਂਜੀ ਹਾਂਜੀ ਸਰ ਤੇ ਕੀ ਆਪਣਾ ਕਿਹੜੀ ਕਲਾਸ ਕਿਹੜੀ ਚ ਪੜਦੇ ਸਰ ਮੈਂ ਕੰਪਿਊਟਰ ਕੋਰਸ ਕਰਦੀ ਪਈ ITI ITI ਚਲੋ ਬਹੁਤ ਵਧੀਆ ਘਰ ਪਰਿਵਾਰ ਸਾਰੇ ਠੀਕ ਠਾਕ ਹਾਂਜੀ ਸਰ ਕੌਣ ਕੌਣ ਘਰੇ ਸਰ ਮੰਮੀ ਪਾਪਾ ਮੈਂ ਤੇ ਸਿਸਟਰ ਛੋਟੀ ਅੱਛਾ ਜੀ ਹਾਂਜੀ ਬੜੀ ਟੇਪ ਲਾਈ ਜੇ ਸਰ ਬਹੁਤ ਵਧੀਆ ਤੁਸੀਂ ਟਾਈਮ ਕੱਢਿਆ ਤੁਸੀਂ ਪੇਂਟਿੰਗ ਬਣਾਈ ਮੈਨੂੰ ਬਹੁਤ ਚੰਗਾ ਲੱਗਿਆ ਵਾਹ ਥੈਂਕ ਯੂ ਵੈਲਕਮ ਸਰ ਨੱਕ ਜਿਹਾ ਬਹੁਤਾ ਨਹੀਂ ਫੁਲਾ ਛੱਡਿਆ ਪਰ ਚਲੋ ਬਹੁਤ ਵਧੀਆ ਥੈਂਕ ਯੂ ਨਹੀਂ ਨਹੀਂ ਸੋਰੀ ਨਹੀਂ ਤੁਸੀਂ ਮੇਰੇ ਭੈਣ ਜੇ ਬਹੁਤ ਆ ਵੇਵੇ ਥੈਂਕ ਯੂ ਹਰਦੀਪ ਕੌਰ ਨਾਮ ਲਿਖਿਆ ਹੋਰ ਕੀ ਸੁਣਾਓਗੇ ਕੋਈ ਗੱਲਬਾਤ ਨੋ ਸਰ ਮੈਂ ਪੇਂਟਿੰਗ ਤੁਹਾਨੂੰ ਗਿਫਟ ਕਰਨੀ ਸੌਂਗ ਮੈਨੂੰ ਆਉਂਦੇ ਸੌਂਗ ਆਉਂਦਾ ਨਹੀਂ ਵੈਸੇ ਹੋਰ ਅੱਛਾ ਪੇਂਟਿੰਗ ਤੁਹਾਡਾ ਸ਼ੌਂਕ ਹੈ ਹਾਂਜੀ ਸਰ ਬਹੁਤ ਸ਼ੌਂਕ ਬਹੁਤ ਵਧੀਆ ਡੈਡੀ ਮੰਮੀ ਨੂੰ ਕੀ ਮੈਸੇਜ ਦੋਗੇ ਜੇ ਉਹ ਟੀਵੀ ਤੇ ਦੇਖਦੇ ਹੋਣਗੇ ਕੀ ਕਹੋਗੇ ਸਰ ਮੇਰੇ ਮੰਮਾ ਪਾਪਾ ਮੇਰੇ ਤੇ ਬਹੁਤ ਪ੍ਰਾਊਡ ਫੀਲ ਕਰਦੇ ਆਏ ਬਹੁਤ ਵਧੀਆ ਬਹੁਤ ਵਧੀਆ ਸਰ ਮੇਰੇ ਮੰਮੀ ਪਾਪਾ ਮੇਰੇ ਤੇ ਜਾਣਿਆ ਤੇ ਮੈਂ ਆਪਣੀ ਮੰਮੀ ਪਾਪਾ ਲਈ ਬਹੁਤ ਅੱਗੇ ਤੱਕ ਮੀਨਸ ਕਿ ਉਹਨਾਂ ਨੂੰ ਪਹਿਲਾਂ ਤੇ ਸਟੈਂਡ ਹੋਊਗੀ ਬਹੁਤ ਵਧੀਆ ਬਹੁਤ ਚੰਗਾ ਤੁਸੀਂ ਬੜੇ ਇਮੋਸ਼ਨਲ ਜੇ ਆਰਟਿਸਟ ਇਦਾਂ ਦੇ ਹੀ ਹੁੰਦੇ ਆ ਉਹਨਾਂ ਨੇ ਤੁਹਾਨੂੰ ਪੜਾਇਆ ਬਹੁਤ ਵਧੀਆ ਉਹ ਵੀ ਤੁਹਾਡੇ ਤੇ ਬਹੁਤ ਮਾਣ ਕਰਦੇ ਆ ਯਸ ਸਰ ਬਹੁਤ ਬਹੁਤ ਮੰਮੀ ਪਾਪਾ ਜਾਣਾ ਮੇਰੀ ਬਹੁਤ ਬਹੁਤ ਪਿਆਰ ਕਰਦੇ ਮੰਮੀ ਪਾਪਾ ਆਏ ਤੇ ਫਿਰ ਹੁਣ ਹੱਸ ਕੇ ਦਿਖਾਓ ਨਾ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਰਵਾ ਛੜਿਆ ਜੇ ਹੱਸੋ ਹੁਣ ਹੱਸ ਕੇ ਇਹ ਹੱਸ ਪਿਓ ਚਲੋ ਕਹਿ ਦੋ ਮੰਮੀ ਪਾਪਾ ਲਵ ਯੂ ਮੰਮੀ ਪਾਪਾ ਆਏ ਬਹੁਤ ਵਧੀਆ ਥੈਂਕ ਯੂ ਮੇਰੀ ਭੈਣ ਛੋਟੀ ਜੀ ਭੈਣ ਮੇਰੀ ਚੜ੍ਹਦੀ ਕਲਾ 'ਚ ਰਵੇ ਖੁਸ਼ ਰਵੇ ਸੋ ਬੱਚੇ ਬੜੇ ਇਮੋਸ਼ਨਲ ਹੁੰਦੇ ਆ ਉਹਨਾਂ ਉਹ ਰਿਲਾਈਜ਼ ਕਰਦੇ ਨੇ ਕਿ ਮੇਰੇ ਪੇਰੈਂਟਸ ਮੇਰੇ ਲਈ ਕੀ ਨੇ ਸੋ ਤੁਸੀਂ ਬਹੁਤ ਲੱਕੀ ਪੇਰੈਂਟਸ ਹੋ ਅੰਕਲ ਆਂਟੀ ਤੁਸੀਂ ਬਹੁਤ ਪਿਆਰ ਕਰਦੇ ਹੋ ਆਪਣੇ ਬੱਚਿਆਂ ਨੂੰ ਮੈਨੂੰ ਪੂਰੀ ਉਮੀਦ ਹੈ ਕਿ ਹਮੇਸ਼ਾ ਤੁਹਾਡਾ ਸਿਰ ਉੱਚਾ ਰੱਖਣਗੇ ਬਹੁਤ ਵਧੀਆ ਪਿਆਰੀ ਬੱਚੀ ਦੀ ਜ਼ੋਰਦਾਰ ਤਾੜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੀ ਲਾਇਆ ਟਾਈਮ ਕੀ ਨਾਂ ਜੀ ਤੁਹਾਡਾ ਹਰਸਿਮਰਨਪ੍ਰੀਤ ਕੌਰ ਫੜੋ ਜੀ ਮਾਈਕ ਮੈਂ ਤਾਂ ਹੀ ਆਹ ਫੜ ਕੇ ਵੇਖੂੰਗਾ ਨਾ ਵੀ ਹੈ ਕੀ ਜੇ ਸਰ ਤੁਹਾਡੇ ਲਈ ਕਾਰਡ ਬਣਾਇਆ ਥੈਂਕ ਯੂ ਕਾਲਜ ਮੇ ਜਾ ਕੇ ਕੰਟੀਨਿਊਮ ਡੀਰ ਲਗਾਉਂਦਾ ਹੈ ਰਵਨੀਤ ਹੈ ਨਾਮ ਉਹਦਾ ਤੇ ਸਾਰਿਆਂ ਨੂੰ ਹਸਾਉਂਦਾ ਹੈ ਥੈਂਕ ਯੂ ITI ਕਟਗਿਲ ਥੈਂਕ ਯੂ ਸੋ ਮਚ ਥੈਂਕ ਯੂ ਅੱਛਾ ਅੱਗੇ ਵੀ ਲਿਖਿਆ ਸਫ਼ਰ ਕਿੰਨਾ ਵੀ ਲੰਮਾ ਹੋਵੇ ਸ਼ੁਰੂ ਸਦਾ ਇੱਕ ਕਦਮ ਤੋਂ ਹੀ ਹੁੰਦਾ ਹੈ ਥੈਂਕ ਯੂ ਅੱਛਾ ਗਾਂ ਇਹਦੇ ਵੀ ਬੱਲੇ 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 ਸਰ ਅੱਗੇ ਅੱਗੇ ਵੀ ਫੋਟੋਆਂ ਵਾਹ ਜੀ ਵਾਹ ਵਾਹ ਜੀ ਵਾਹ ਸਰ ਸ਼ਾਇਰੀ ਲਿਖੀ ਤੁਹਾਡੇ ਲਈ ਖੁਦ ਓਕੇ ਬੜਾ ਆਕੜਖੋਰ ਹੈ ਪਤਾ ਨਹੀਂ ਆਪਣੇ ਆਪ ਨੂੰ ਕੀ ਸਮਝਦਾ ਹੈ ਗੱਡੀ ਦੇ ਵਿੱਚ ਆਉਂਦਾ ਹੈ ਸਵੇਰੇ ਲੇਟ ਵੀ ਆਇਆ ਹੈ ਅੱਧਾ ਘੰਟਾ ਇਸ ਕਰਕੇ ਇਹ ਕੀ ਲਿਖਿਆ ਜੇ ਸਰ ਇਦਾਂ ਦਾ ਕੁਛ ਨਹੀਂ ਲਿਖਿਆ ਹੱਸਦਾ ਰਹੇ ਮੁਸਕਰਾਉਂਦਾ ਰਹੇ ਸਭਨਾ ਦੇ ਮਨ ਨੂੰ ਭਾਉਂਦਾ ਰਹੇ ਚੜ੍ਹੇ ਤਰੱਕੀ ਦੀ ਪੌੜੀ ਮਿਹਨਤਾਂ ਨਾਲ ਆਪਣਾ ਨਾਮ ਰਛਣਾਉਂਦਾ ਰਹੇ ਥੈਂਕ ਯੂ ਸੋ ਮਚ ਬੜਾ ਟਾਈਮ ਲਾ ਕੇ ਬਣਾਇਆ ਤੁਸੀਂ ਇਹ ਹੈਂਜੀ ਹਾਂਜੀ ਸਰ ਬੱਲੇ 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 ਥੈਂਕ ਯੂ ਫੋਰ ਵਿਜ਼ਿਟਿੰਗ ਆਰ ਕਾਲਜ ITI ਕਟਗਿਲ ਵੀ ਹਾਰਟਲੀ ਵੈਲਕਮ ਯੂ ਸਪੈਸ਼ਲ ਥੈਂਕਸ ਫਰੋਮ ਪ੍ਰਿੰਸੀਪਲ ਸੰਜੀਵ ਸ਼ਰਮਾ ਜੀ ਵਾਹ ਜੀ ਵਾਹ ਵਾਹ ITI ਸਟਾਫ ਮੈਂਬਰਸ ਵਾਹ ਜੀ ਵਾਹ ਕਾਲਜ ਸਟੂਡੈਂਟਸ ਐਂਡ ਵਰਕਰਸ ਥੈਂਕ ਯੂ ਸੋ ਮਚ ਕੱਲੇ ਜੀ ਦਾ ਥੈਂਕ ਯੂ ਸੋ ਮਚ ਰਵਨੀਤ ਸਿੰਘ ਥੈਂਕ ਯੂ ਬੀ ਹੈਪੀ ਆਲਵੇਜ਼ ਸਟੇ ਬਲੈਸਡ ਥੈਂਕ ਯੂ ਤੁਸੀਂ ਵੀ ਤੁਸੀਂ ਖੁਸ਼ ਰਹੋ ਥੈਂਕ ਯੂ ਬਹੁਤ ਵਧੀਆ ਲੱਗਿਆ ਮੈਨੂੰ ਕੀ ਸੁਣਾਓਗੇ ਥੈਂਕ ਯੂ ਸੋ ਮਚ ਮਲੀਏ ਤੋਂ ਇਹ ਕਿੱਥੇ ਪੈਂਦਾ ਮਲੀਆ ਜੀ
ਅਸਰ ਲੱਗ ਗਈ ਇੱਥੇ ਆਏ ਪਿੰਡ ਤੋਂ ਛੱਡ ਕੇ ਅਗਲਾ ਪਿੰਡ ਹਟ ਆ ਪਿੰਡ ਨੂੰ ਛੱਡ ਕੇ ਛੱਡਣਾ ਕਿਉਂ ਆ ਪਿੰਡ ਨੂੰ ਆ ਪਿੰਡ ਤੋਂ ਅਗਲਾ ਪਿੰਡ ਹਾਂਜੀ ਓਕੇ ਕਿੰਨੇ ਕਿਲੋਮੀਟਰ ਤੂੰ ਇੱਥੇ ਨੇੜੇ ਹੀ ਹੋ ਫਿਰ 2-1 ਕਿਲੋਮੀਟਰ ਹੋਊਗਾ ਪਤਾ ਨਹੀਂ ਸਾਨੂੰ ਲੱਗਦਾ ਆਉਂਦੇ ਆ ਵੀ ਕਿੰਨਾ ਕੁ ਕਿਲੋਮੀਟਰ ਅੱਛਾ ਆਉਂਦੇ ਆ ਪਤਾ ਨਹੀਂ ਲੱਗਦਾ ਵੀ ਕਿੰਨੇ ਕਿਲੋਮੀਟਰ ਆ ਗਏ ਆ ਹੈ ਇਹ ਪਤਾ ਕਿਉਂ ਨਹੀਂ ਲੱਗਦਾ ਬਈ ਸਾਰਾ ਜ਼ੋਰ ਹੀ ਵਾਲਾਂ ਤੇ ਦਿੱਤਾ ਤੇ ਪਤਾ ਕੀ ਲੱਗਣਾ ਪਰ ਬਹੁਤ ਵਧੀਆ ਤਰੱਕੀ ਕਰੋ ਵੇ ਇਹ ਕਿੰਨਾ ਟਾਈਮ ਕਿੰਨਾ ਕਾਤੇ ਆਉਂਦੇ ਸਕੂਟਰੀ ਤੇ ਆਉਂਦੇ ਆਟੋ ਤੇ ਕਦੇ ਸਕੂਟਰੀ ਤੇ ਵੀ ਆ ਜਾਂਦੇ ਕਦੇ ਆਟੋ ਤੇ ਕਦੇ ਸਕੂਟਰੀ ਤੇ ਹਾਂਜੀ ਆਪ ਚਲਾਉਂਦੇ ਸਕੂਟਰੀ ਨਹੀਂ ਵੀਰਾ ਛੱਡ ਕੇ ਜਾਂਦੇ ਤੁਹਾਨੂੰ ਨਹੀਂ ਆਉਂਦੀ ਹਜੇ ਕਿ ਤੁਹਾਨੂੰ ਘਰ ਦੇ ਫੜਾਉਂਦੇ ਨੇ ਸਕੂਟਰੀ ਨਹੀਂ ਮੈਨੂੰ ਜਾਂਚ ਹੀ ਨਹੀਂ ਹਜੇ ਅੱਛਾ ਤੁਹਾਨੂੰ ਜਾਂਚ ਸਕੂਟਰੀ ਦੀ ਵੀ ਨਹੀਂ ਜਾਂਚ ਤੇ ਵੈਸੇ ਵੀ ਨਹੀਂ ਆਟੋ 'ਚ ਵੀ ਨਹੀਂ ਪਤਾ ਲੱਗਦਾ ਵੀ ਕਿੰਨੇ ਕਿਲੋਮੀਟਰ ਆ ਗਏ ਆਟੋ 'ਚ ਕਿੰਨਾ ਟਾਈਮ ਲੱਗਦਾ ਤੁਹਾਨੂੰ 5 ਮਿੰਟ ਲੱਗਦੇ 5 ਮਿੰਟ ਲੱਗਦੇ ਕਿੰਨੇ ਵਜੇ ਤੁਰਦੇ ਸਵੇਰੇ ਘਰੋਂ ਸਾਡੇ ਕੋਲ 9:15 ਤੱਕ ਇੱਥੇ ਪਹੁੰਚ ਜਾਂਦੇ 9 ਵਜੇ ਸਾਡੇ 9 ਤੁਰਦੇ 9:15 ਇੱਥੇ ਪਹੁੰਚ ਜਾਂਦੇ ਹਾਂਜੀ 9 ਵਜੇ ਤੁਰਦੀ ਆ 9:15 ਪਹੁੰਚ ਜਾਂਦੀ ਇੱਥੇ 9 ਵਜੇ ਤੁਰਦੇ ਹੋ ਹਾਂਜੀ 9:15 ਇੱਥੇ ਪਹੁੰਚ ਜਾਂਦੇ ਹੋ ਇੱਥੇ 15 ਮਿੰਟ ਲੱਗੇ ਫਿਰ ਇਹ 5 ਮਿੰਟ ਕਿਵੇਂ ਹੋ ਗਏ ਆ ਕਦੇ ਮੈਨੂੰ ਪਤਾ ਨਹੀਂ ਲੱਗਦਾ ਕਿੰਨਾ ਟਾਈਮ ਲੱਗਦਾ ਤੁਹਾਨੂੰ ਪਤਾ ਹੀ ਲੱਗਣ ਦਿਆ ਕੁਝ ਨਾ ਤੁਹਾਨੂੰ ਘਰੇ ਪਤਾ ਲੱਗਣ ਦਿਆ ਟਾਈਮ ਕਿੰਨਾ ਹੈ ਓਹੋ ਟਾਈਮ ਮੈਂ ਨੋਟ ਨਹੀਂ ਨਾ ਕਰਦੀ ਜ਼ਿਆਦਾਤਰ ਅੱਛਾ ਟਾਈਮ ਵੀ ਨਹੀਂ ਤੁਸੀਂ ਨੋਟ ਕਰਦੇ ਹਾਂਜੀ ਓਕੇ 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 ਕਿਹੜੀ ਕਲਾਸ ਜੇ ਕਾਸਮੈਟੋਲੋਜੀ ਕਿਹੜਾ ਈਅਰ ਫਸਟ ਈਅਰ ਅੱਗੇ ਕੀ ਬਣਨਾ ਅੱਗੇ ਬਿਊਟੀ ਪਾਰਲਰ ਹੀ ਬਣਨਾ ਓਕੇ ਇਹ ਬਿਊਟੀ ਪਾਰਲਰ ਖੋਲਣਾ ਬਿਊਟੀ ਪਾਰਲਰ ਹਾਂਜੀ ਬਿਊਟੀ ਪਾਰਲਰ ਬਣ ਥੋੜੀ ਜਾਓਗੇ ਕਹਿੰਦੇ ਮੈਨੂੰ ਪਤਾ ਹੀ ਨਹੀਂ ਲੱਗਦਾ ਮੈਨੂੰ ਉਹਨੂੰ ਮੋਢੇ ਮਾਰਨ ਦੀ ਓਏ ਹੋਰ ਕੀ ਸ਼ੌਂਕ ਹੈ ਤੁਹਾਡੇ ਡਾਂਸ ਹਾਡੀ ਫੈਮਿਲੀ ਚ ਕੌਣ ਕੌਣ ਡੈਡੀ ਜੀ ਤੇ 2 ਵੀਰੇ ਆ ਤੇ 1 ਵੱਡੀ ਭੈਣ ਓਕੇ ਅੰਕਲ ਜੀ ਠੀਕ ਠਾਕ ਹਾਂਜੀ ਅੰਕਲ ਜੀ ਦਾ ਕੀ ਨਾਮ ਹੈ ਸਤਨਾਮ ਸਿੰਘ ਚਲੋ ਅੰਕਲ ਜੀ ਨੂੰ ਸਤਿ ਸ੍ਰੀ ਅਕਾਲ ਵੀਰਿਆਂ ਦਾ ਕੀ ਨਾਮ ਹੈ ਕਰਨਦੀਪ ਤੇ ਸਾਹਿਲਪ੍ਰੀਤ ਓਕੇ ਦੋਨਾਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜ਼ਰੂਰ ਜਾ ਕੇ ਬੁਲਾਇਓ ਠੀਕ ਥੈਂਕ ਯੂ ਸੋ ਮਚ ਕੀ ਸਨ ਡਾਂਸ ਕਰੋਗੇ ਹਾਂਜੀ ਇੱਧਰ ਤੁਸੀਂ ਵੀ ਇਸੇ ਅਸੀਂ ਦੋਨਾਂ ਨੇ ਸੇਮ ਹੀ ਕਰਨਾ ਵਾ ਸੇਮ ਗਾਣੇ ਤੇ ਹਾਂਜੀ ਚੱਕ ਦੋ ਫਟੇਗੇ ਤੁਹਾਡਾ ਪਿੰਡ ਕਿੰਨੀ ਦੂਰ ਜੀ ਇੱਥੇ ਤਰਨ ਤਾਰਨੀ ਲੋਕਲ ਸ਼ਹਿਰ ਚ ਤੁਹਾਨੂੰ ਕਿੰਨਾ ਟਾਈਮ ਲੱਗਦਾ 7 ਮਿੰਟ 7-8 ਮਿੰਟ ਤੁਹਾਨੂੰ 7-8 ਤੁਹਾਨੂੰ ਤੇ ਪਤਾ ਕਿੰਨੇ ਕਿਲੋਮੀਟਰ ਹਾਂਜੀ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਇੱਧਰ ਕੈਮਰੇ ਵਾਲੋ ਜੋ ਰਣਦੀਪ ਕੌਰ ਤੁਹਾਡਾ ਜੀ ਸੰਦੀਪ ਕਿਹੜੀ ਕਲਾਸ 'ਚ ਪੜ੍ਹਦੇ ਜੀ ਡਰੈਸ ਮੇਕਿੰਗ ਓਕੇ ਜੀ ਕੀ ਸੁਣਾਓਗੇ ਸਰ ਟੱਪੇ ਟੱਪੇ ਵਾਹ ਜੀ ਵਾਹ ਸੁਣਾਓ ਟੱਪੇ ਪਾਣੀ ਵਿੱਚ ਜੋ ਕਾਣੇ ਪਾਣੀ ਵਿੱਚ ਜੋ ਕਾਣੇ ਜਿੰਨਾ ਪਿੱਛੇ ਤੂੰ ਫਿਰਦੈ ਸਾਡੀ ਜੁੱਤੀ ਦੀਆਂ ਨੋਕਾਂ ਨੇ ਜਿੰਨਾ ਪਿੱਛੇ ਤੂੰ ਫਿਰਦੈ ਸਾਡੀ ਜੁੱਤੀ ਦੀਆਂ ਨੋਕਾਂ ਨੇ ਕੋਠੇ ਦੇਖ ਲੋ ਮਾਇਆ ਕੋਠੇ ਦੇਖ ਲੋ ਮਾਇਆ ਲੋਕਾਂ ਪਾਣੇ ਚੰਨ ਚੜਿਆ ਸਾਨੂੰ ਸਰ ਜੀ ਕੀ ਨਾਂ ਕੀ ਤੁਹਾਡਾ ਸਰ ਕੋਮਲ ਹਾਂਜੀ ਸਰ ਕੋਮਲ ਕੋਮਲ ਜੀ ਤੁਹਾਡਾ ਜੀ ਸਿਮਰਨ ਸਿਮਰਨ ਜੀ ਕਿੱਥੋਂ ਜੀ ਸਰ ਬਾਠ ਤੋਂ ਕਿੱਥੋਂ ਬਾਠ ਤੁਸੀਂ ਜੀ ਸ਼ੇਰੋ ਤੋਂ ਕੀ ਪੇਸ਼ ਕਰੋਗੇ ਕੀ ਸੁਣਾਓਗੇ ਸਰ ਡਾਂਸ ਕਿਹੜੇ ਗਾਣੇ ਤੇ ਤੁਹਾਡਾ ਹੀ ਗਾਣਾ ਹੈ ਕਿਹੜਾ ਜੀ ਚਾਂਜਰਾ
ਤੁਹਾਡਾ ਸਰ ਅਕਸ਼ਦੀਪ ਕੌਰ ਅਕਸ਼ਦੀਪ ਕੌਰ ਕਿੱਥੋਂ ਜੀ ਕਦਗਿਲ ਤੋਂ ਸਰ ਮੈਂ ਕਦਗਿਲ ਕਿਸੇ ਪਿੰਡ ਤੋਂ ਹਾਂਜੀ ਕੀ ਸੁਣਾਓਗੇ ਸਰ ਮੈਂ ਬੋਲੀ ਸੁਣਾ ਉੱਚਾ ਬੁਰਜ ਬਰਾਬਰ ਮੋਰੀ ਦੀਵਾ ਕਿਸ ਵਿੱਚ ਤਰੀਏ ਨੀ ਚਾਰੇ ਨੈਣ ਗੜਾ ਗੜ ਹੋ ਗਏ ਚਾਰੇ ਨੈਣ ਗੜਾ ਗੜ ਹੋ ਗਏ ਹਾਮੀ ਕੀ ਦੀ ਪਰੀਏ ਨਾਰ ਬਗਾਨੀ ਦੀ ਬਾਣਾ ਮੂਰਖਾ ਪੜੀਏ ਨਾਰ ਬਗਾਨੀ ਦੀ ਬਾਣਾ ਪੜੀਏ ਨਾਰ ਬਗਾਨੀ ਦੀ ਦਾਣਾ ਮੂਰਖਾ ਪੜੀਏ ਨਾਰ ਬਗਾਨੀ ਦੀ ਥੈਂਕ ਯੂ ਸੋ ਮਚ ਥੈਂਕ ਯੂ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਜੀ ਠੀਕ ਕਰਦੇ ਜੀ ਵਿਹਲੇ ਜੀ ਕੋਈ ਕੰਮ ਤਾਂ ਨਹੀਂ ਕਰਦੇ ਕੋਈ ਵੀ ਨਹੀਂ ਗਏ ਹੈ ਹੀ ਕੋਈ ਨਹੀਂ ਕੰਮ ਕਰ ਮੈਂ ਆਪ ਨਹੀਂ ਕਰਦੀ ਵਧੀਆ ਕੇ ਇਹ ਵਧੀਆ ਕੰਮ ਨਹੀਂ ਨਾ ਕਹਿੰਦਾ ਕਹਿੰਦਾ ਵੇਲਣਾ ਕਹਿੰਦਾ ਆ ਕਹਿੰਦਾ ਵੇਲਣਾ ਕਹਿੰਦਾ ਵਧੀਆ ਕੰਮ ਹੈ ਛੱਡੀ ਨਾ ਹਾਂ ਵਧੀਆ ਹੋਇਆ ਕਿ ਨਹੀਂ ਵੇਲੇ ਰਹਿਣਾ ਵੀ ਨਹੀਂ ਵੇਲੇ ਰਹਿਣਾ ਚਾਹੀਦਾ ਵਾ ਵੇਲੇ ਰਹਿਣਾ ਚਾਹੀਦਾ ਕਿ ਨਹੀਂ ਵੇਲੇ ਰਹਿਣਾ ਚਾਹੀਦਾ ਵਾ ਹਾਂ ਚਾਹੀਦਾ ਵਾ ਸਾਰੇ ਕੰਮ ਕਰਦੇ ਫਿਰ ਘਰੇ ਵੇਲਾ ਤੇ ਕੋਈ ਹੋਣਾ ਚਾਹੀਦਾ ਨਾ ਬਿਲਕੁਲ ਕੀ ਨਾਮ ਤੁਹਾਡਾ ਮੇਰਾ ਨਾਮ ਨੇਹਾ ਸਰ ਮੇਰਾ ਨਾਮ ਨੇਹਾ ਵਾ ਨੇਹਾ ਜੀ ਕਿੱਥੋਂ ਜੀ ਭਲਾ ਸਵਾਰ ਤੋਂ ਜੀ ਭਲਾ ਭਲਾ ਸਵਾਰ ਤਰਨਤਾਰਨ ਦੇ ਕੋਲ ਓਕੇ ਕੀ ਸੁਣਾਓਗੇ ਨਹੀਂ ਸਰ ਮੈਂ ਤਾਂ ਨਾ ਕੋਈ ਸ਼ੌਂਕ ਸ਼ੌਂਕ ਸਰ ਮੇਰਾ ਸਟਿਚਿੰਗ ਦਾ ਸਟਿਚਿੰਗ ਦਾ ਘਰ ਦੇ ਕੌਣ ਕੌਣ ਮੰਮੀ ਪਾਪਾ ਮੈਂ ਤੇ ਮੇਰਾ ਬ੍ਰਦਰ ਓਕੇ ਕਿੰਨੀਆਂ ਮਾਸੀਆਂ ਮਾਸੀਆਂ ਸੱਤ ਸੱਤ ਮਾਸੀਆਂ ਓਕੇ ਸੱਤ ਮਾਸੀਆਂ ਤੇ ਮਾਮੇ ਮਾਮੇ ਤਿੰਨ 10 ਬੰਦੇ ਹੋ ਗਏ ਸੀਰੀਅਲ ਵਾਈਜ਼ ਆਓ ਸਭ ਤੋਂ ਉੱਪਰ ਸਭ ਤੋਂ ਵੱਡੇ ਮਾਸੀ ਜੀ ਕੀ ਨਾਮ ਜਗਿੰਦਰ ਕੌਰ ਜਗਿੰਦਰ ਕੌਰ ਜੀ ਹਾਂਜੀ ਦੂਜੇ ਨੰਬਰ ਤੇ ਮਾਮਾ ਜੀ ਹਰਦੇਵ ਸਿੰਘ ਹਰਦੇਵ ਸਿੰਘ ਜੀ ਹਾਂਜੀ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਮੈਨੂੰ ਆਪ ਨਹੀਂ ਪਤਾ ਤੇ ਉਦੋਂ ਮੈਂ ਕਿਹੜਾ ਹੈਗੀ ਸੀ ਤੇ ਪਹਿਲੇ ਦੋਨਾਂ ਦਾ ਕਿਵੇਂ ਪਤਾ ਤੇ ਉਹਦੇ ਵੱਡੇ ਆ ਉਹਨਾਂ ਨੂੰ ਮੈਂ ਨਾਨੀ ਕਹਿੰਦੀ ਤਾਂ ਕਰਕੇ ਮੈਨੂੰ ਪਤਾ ਅੱਛਾ ਤੀਜੇ ਨੰਬਰ ਵਾਲਾ ਨਹੀਂ ਪਤਾ ਹਾਂਜੀ ਚੌਥਿਆਂ ਦਾ ਨਹੀਂ ਪਤਾ ਸਰ ਗਾਂ ਕਿਸੇ ਦਾ ਵੀ ਨਹੀਂ ਪਤਾ ਨਾ ਮੰਮੀ ਦਾ ਪਤਾ ਵਾ ਉਹ ਸਭ ਤੋਂ ਛੋਟੇ ਆ ਉਹ ਸਭ ਤੋਂ ਛੋਟੇ ਆ ਚਲੋ ਬਹੁਤ ਵਧੀਆ ਸਾਰਾ ਪਰਿਵਾਰ ਤਰੱਕੀ ਕਰੇ ਸਸ਼ਕਾ ਸਰ ਸਸ਼ਕਾ ਜੀ ਕੀ ਨਾਮ ਤੁਹਾਡਾ ਹਰਸ਼ਦੀਪ ਕੌਰ ਹਰਸ਼ਦੀਪ ਕੌਰ ਹਾਂਜੀ ਤੁਹਾਡਾ ਜੀ ਸੁਖਮਨਦੀਪ ਕੌਰ ਕੀ ਪੇਸ਼ ਕਰੋਗੇ ਕੀ ਸੁਣਾਓਗੇ ਸਰ ਡਾਂਸ ਕਰਨਾ ਕਿਹੜੇ ਗਾਣੇ ਤੇ ਅੱਗ ਪਾਣੀਆਂ ਅੱਗ ਪਾਣੀਆਂ ਚ ਹਾਂਜੀ ਗੌਰਮੈਂਟ ITI ਕਾਲਜ ਫੋਰ ਵੁਮੈਨ ਕਦਗਿਲ ਤਰਨ ਤਾਰਨ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਸਵਾਗਤ ਹੈ ਸੋ ਬੱਚਿਆਂ ਨੂੰ ਜਿਹੜੇ ਚੰਗੇ ਰਾਹ ਪਾਉਂਦੇ ਨੇ ਉਹਨਾਂ ਨੂੰ ਸਮਝਾਉਂਦੇ ਨੇ ਉਹਨਾਂ ਨੂੰ ਪੇਰੈਂਟਸ ਤੋਂ ਬਾਅਦ ਕਹਿੰਦੇ ਜਿਹੜੇ ਟੀਚਰਸ ਹੁੰਦੇ ਨੇ ਉਹ ਉਹਨਾਂ ਦੇ ਗੁਰੂ ਹੁੰਦੇ ਨੇ ਉਹਨਾਂ ਦੇ ਪੇਰੈਂਟਸ ਹੁੰਦੇ ਨੇ ਸੋ ਪ੍ਰਿੰਸੀਪਲ ਸਰ ਸਾਡੇ ਨਾਲ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਬਹੁਤ ਤੁਹਾਨੂੰ ਮੁਬਾਰਕਾਂ ਤੁਸੀਂ ਮੁਬਾਰਕਬਾਦ ਦੇ ਹੱਕਦਾਰ ਹੋ ਕਿ ਮੈਂ ਸਟੂਡੈਂਟਸ ਦੇ ਵਿੱਚ ਜਿਹੜਾ ਕੌਨਫੀਡੈਂਸ ਲੈਵਲ ਦੇਖਿਆ ਉਹਦਾ ਤੁਹਾਨੂੰ ਸਾਰਾ ਕ੍ਰੈਡਿਟ ਜਾਂਦੇ ਆ ਤੁਹਾਡੇ ਟੀਮ ਨੂੰ ਜਾਂਦਾ ਪ੍ਰਿੰਸੀਪਲ ਸਰ ਨੂੰ ਜਾਂਦਾ ਪ੍ਰੋਫੈਸਰ ਸਾਹਿਬਾਨਾਂ ਨੂੰ ਜਾਂਦਾ ਤੁਸੀਂ ਮੁਬਾਰਕਬਾਦ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਬਹੁਤ ਬਹੁਤ ਸ਼ੁਕਰੀਆ ਰਵਨੀਤ ਜੀ ਤੁਹਾਡੇ ਬਾਰੇ ਬਹੁਤ ਸੁਣਿਆ ਸੀਗਾ ਥੈਂਕ ਯੂ ਤੁਸੀਂ ਇੰਨੀ ਦੂਰੋਂ ਚੱਲ ਕੇ ਸਾਡੇ ਇਸ ਪਿੰਡ ਦੇ ਵਿੱਚ ਲੜਕੀਆਂ ਦੇ ਕੋਲ ਆਏ ਜੀ ਔਰ ਬਹੁਤ ਖੁਸ਼ ਨੇ ਮੇਰੇ ਸਾਰੇ ਸਟਾਫ ਦੇ ਸਟਾਫ ਔਰ ਲੜਕੀਆਂ ਥੈਂਕ ਯੂ ਔਰ ਮੇਰੇ ਖਿਆਲ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਜੋ ਇੱਕ ਉਹਨਾਂ ਦਾ ਡ੍ਰੀਮ ਆ ਕਿ ਸਾਡਾ ਪੰਜਾਬ ਰੰਗਲਾ ਪੰਜਾਬ ਹੋਵੇ ਉਹ ਉਹਦੇ ਵਿੱਚ ਸਾਡਾ ਵੀ ਤੁਹਾਡਾ ਔਰ ਪੂਰਾ ਯੋਗਦਾਨ ਹੋਵੇਗਾ ਥੈਂਕ ਯੂ ਜੀ ਥੈਂਕ ਯੂ ਇਹਨਾਂ ਦਾ ਬੱਚਿਆਂ ਦਾ ਇਹਨਾਂ ਦੇ ਪੇਰੈਂਟਸ ਦਾ ਇਹਨਾਂ ਦਾ ਇਹਨਾਂ ਕਰਕੇ ਮੇਰਾ ਸ਼ੋਅ ਚੱਲਦਾ ਜੀ ਤੁਹਾਡੇ ਸਭ ਦੀਆਂ ਦੁਆਵਾਂ ਨਾਲ ਚੱਲਦਾ ਸੋ ਇੱਦਾਂ ਤੁਸੀਂ ਦੁਆਵਾਂ ਨਾਲ ਰੱਖਿਓ ਸਰ ਤੁਸੀਂ ਕਦੋਂ ਜੁਆਇਨ ਕੀਤਾ ਜੀ ਐਜ਼ ਅ ਪ੍ਰਿੰਸੀਪਲ ਇਸ ਕੈਂਪਸ ਦੇ ਵਿੱਚ ਕਾਲਜ ਮੈਂ ਇਸ ਇੰਸਟੀਚਿਊਟ ਦੇ ਵਿੱਚ 7 ਜਨਵਰੀ 2022 ਨੂੰ ਜੁਆਇਨ ਕੀਤਾ ਸੀ ਓਕੇ ਜੀ ਥੋੜਾ ਕਾਲਜ ਦੇ ਵਿਸ਼ਿਆਂ ਬਾਰੇ ਚਾਨਣ ਪਾਓ ਜੀ ਕਿਹੜੇ ਕਿਹੜੇ ਸਬਜੈਕਟ ਨੇ ਜੀ ਕੀ ਇਸ ਤਰਨਤਾਰਨ ਡਿਸਟ੍ਰਿਕਟ ਦੇ ਇਸ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਇਹ ਇੱਕ ਵਿਮਨ ਇੰਸਟੀਚਿਊਟਸ ਹੈਗਾ ਵਾ ਜਿਹਦੇ ਵਿੱਚ ਅਸੀਂ 4-5 ਤਰ੍ਹਾਂ ਦੇ ਕੋਰਸਿਸ ਚਲਾ ਰਹੇ ਹਾਂ ਡਰੈਸ ਮੇਕਿੰਗ ਫੈਸ਼ਨ ਟੈਕਨੋਲੋਜੀ ਜਿਹਨੂੰ ਕਿਹਾ ਜਾਂਦਾ ਵਾ
और एम्ब्रॉयडरी कढ़ाई का काम जिहड़ा हैगा उहदे नाल ब्यूटीशियन का कोर्स ब्यूटी पार्लर और चौथा कोर्स है कंप्यूटर के नाल दा और साड़ी इत्थों दी 100% एडमिशन हुंदी है और साड़ी पूरी कोशिश हुंदी है कि असीं इन्हां बच्चों को कितना ना कितने प्लेस भी कराइए और मैं तुहाडे माध्यम के नाल इस इलाके की जनता को यही एक मैसेज होर दूंगा कि तुसीं जदों साड़ी एडमिशन हुंदी है होर साडे कोल वध तों वध इत्थे एडमिशन कराओ असीं होर कोर्स चलाउण लई भी सरकार वल्लों बहुत तैयार हैगे आ साडे कोल होर वी असीं क्लासां चलावांगे जी। थैंक यू सो मच सर, बहुत वधिया लग्गा। थैंक यू सर, ओवर टू मैम। मैम सत श्री अकाल जी। सत श्री अकाल सर जी। मैम तुहाडा की नाम जी? सर आरती। आरती मैम, हां जी, तुसीं की पढ़ाने हो जी? सर कॉस्मेटोलॉजी। ओके मैम। हां जी सर। मैम यूथ नु कोई स्नेहा जी, अज दा यूथ या बच्चियां नु कोई स्नेहा, इन्हां बच्चियां नु स्नेहा? बच्चियां नु सर यही कहूंगी कि एक ते पढ़ के अपने मां-बाप दा नाम रोशन करन। हां जी, हां जी, थैंक यू सो मच। इन्हें कहना जी? हां जी। चलो बड़ी मेहरबानी जी। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਨੀਰੂ ਬਾਲਾ। ਅੱਛਾ ਜੀ। ਮੈਂ ਇੰਸਟ੍ਰਕਟਰ ਹਾਂ ਡਰੈਸ ਮੇਕਿੰਗ ਦੀ। ਓਕੇ ਜੀ। ਪਰ ਮੇਰਾ ਯੂਥ ਨੂੰ ਇਹ ਸੁਨੇਹਾ ਹੈ ਕਿ ਉਹ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਅਤੇ ਆਪਣੇ ਪੇਰੈਂਟਸ ਦੀ ਅਤੇ ਆਪਣੇ ਆਪ ਦੀ ਸੈਲਫ ਰਿਸਪੈਕਟ ਲਈ ਖੁਦ ਆਪ ਲੜਨ। ਥੈਂਕ ਯੂ ਸੋ ਮਚ। ਕੁਝ ਸੁਣਾਉਣਾ ਚਾਹੁੰਦੇ ਹੋ? ਓਕੇ ਜੀ। ਸਤਿ ਸ਼੍ਰੀ ਅਕਾਲ ਸਰ, ਮੇਰਾ ਨਾਮ ਹਰਜਿੰਦਰਪਾਲ ਕੌਰ ਹੈ। ਮੈਂ ਡਰੈਸ ਮੇਕਿੰਗ ਦੀ ਟੀਚਰ ਹਾਂ। ਓਕੇ ਜੀ, ਬਹੁਤ। ਕਿੱਥੋਂ ਜੀ ਤੁਸੀਂ? ਮੈਂ ਬੰਡਾਲੇ ਤੋਂ। ਅੱਛਾ ਜੀ, ਤੁਹਾਡੇ ਕੀ ਸ਼ੌਂਕ ਨੇ ਜੀ ਵੈਸੇ? ਪੜ੍ਹੇ ਕਿੱਥੋਂ ਤੁਸੀਂ? ਮੈਂ ਬੰਡਾਲੇ ਤੋਂ ਹੀ। ਉੱਥੋਂ ਹੀ ਪੜ੍ਹੇ? ਹਾਂਜੀ। ਚਲੋ ਬਹੁਤ ਵਧੀਆ। ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜੀ? ਸਰ ਮੇਰਾ ਇਹੀ ਮੈਸੇਜ ਹੈ ਕਿ ਸਾਰੇ ਬੱਚਿਆਂ ਨੂੰ ਕਿ ਸਾਰਿਆਂ ਦਾ ਆਦਰ ਮਾਨ ਕਰਿਆ ਕਰੋ, ਸਭ ਦੀ ਰਿਸਪੈਕਟ ਕਰਿਆ ਕਰੋ, ਕਿਉਂਕਿ ਜੇ ਆਪਾਂ ਕਿਸੇ ਦੀ ਰਿਸਪੈਕਟ ਕਰਾਂਗੇ ਤਾਂ ਅੱਗੋਂ ਵੀ ਆਪਾਂ ਨੂੰ ਰਿਸਪੈਕਟ ਹੀ ਮਿਲੇਗੀ। ਬਿਲਕੁਲ ਜੀ, ਗਿਵ ਰਿਸਪੈਕਟ ਟੇਕ ਰਿਸਪੈਕਟ। ਹਾਂਜੀ, ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ। ਓਵਰ ਟੂ ਮੈਮ। ਮੈਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਤੁਹਾਡਾ ਕੀ ਨਾਮ? ਮੈਂ ਮਨਪ੍ਰੀਤ ਕੌਰ ਹੈ। ਅੱਛਾ ਜੀ, ਮੈਂ ਕਾਸਮੈਟੋਲੋਜੀ ਦੀ ਟੀਚਰ ਹਾਂ। ਅੱਛਾ ਜੀ, ਤੇ ਮੈਂ ਹੀ ਮੈਸੇਜ ਦੇਣਾ ਚਾਹੀਦੀ ਹੈ ਕਿ ਅੱਜ ਕੱਲ ਇਸ ਚੀਜ਼ ਦਾ ਬਹੁਤ ਜ਼ਿਆਦਾ ਮਤਲਬ ਟ੍ਰੈਂਡ ਹੋ ਗਿਆ। ਕਾਸਮੈਟੋਲੋਜੀ 'ਚ ਆਪਣੇ ਮਤਲਬ ਫਿਊਚਰ ਬੱਚਿਆਂ ਨੂੰ ਬਣਾਉਣਾ ਚਾਹੀਦਾ। ਹਾਂਜੀ। ਔਰ ਇਹਦੇ ਵਿੱਚ ਬੱਚੇ ਅੱਗੇ ਆਉਣਾ ਚਾਹੀਦਾ ਗਰਲਸ ਨੂੰ, ਬਿਲਕੁਲ, ਜੋ ਆਪਣਾ ਫਿਊਚਰ ਜੋ ਬ੍ਰਾਈਟ ਕਰ ਸਕਦੇ। ਚਲੋ ਬਹੁਤ ਵਧੀਆ, ਚੰਗਾ ਸੁਨੇਹਾ ਜੀ। ਤੁਹਾਡਾ ਕੀ ਨਾਮ ਜੀ? ਮਨਪ੍ਰੀਤ ਕੌਰ, ਡਰੈਸ ਮੇਕਿੰਗ ਇੰਸਟ੍ਰਕਟਰ। ਓਕੇ ਜੀ। ਹਾਂਜੀ, ਤੁਸੀਂ ਕੋਈ ਸੁਣਾਉਣਾ ਚਾਹੁੰਦੇ ਹੋ ਕੁਛ? ਸਰ ਹਾਂਜੀ, ਸੁਣਾਉਣਾ ਵੀ ਆ ਅਤੇ ਇੱਕ ਸਰ ਮੈਂ ਆਪਣੇ ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ ਵੀ ਕਰਨਾ ਚਾਹੁੰਦੀ ਹਾਂ, ਤੁਸੀਂ ਸਾਡੀ ਆਈ ਟੀ ਆਈ ਵਿੱਚ ਆਏ ਸਾਡੇ ਬੱਚਿਆਂ ਲਈ। ਸੋ ਇੱਕ ਤੁਹਾਡੇ ਤੋਂ ਪਹਿਲਾਂ ਧੰਨਵਾਦ ਸਾਡੇ ਪ੍ਰਿੰਸੀਪਲ ਸਰ ਜੀ ਦਾ, ਜਿਨ੍ਹਾਂ ਨੇ ਤੁਹਾਨੂੰ ਬੁਲਾਇਆ ਫਿਰ ਸਾਨੂੰ ਮਿਲਾਇਆ। ਸੋ ਇਸ ਲਈ ਮੇਰੇ ਖਿਆਲ ਨਾਲ ਸਾਰੇ ਬੱਚਿਆਂ ਨੂੰ ਵੀ ਇਸ ਚੀਜ਼ ਲਈ ਚੰਗਾ ਲੱਗ ਰਿਹਾ ਅੱਜ ਕਿ ਤੁਸੀਂ ਆਏ ਜੋ, ਫਿਰ ਤੁਹਾਡੀ ਵੇਟ ਬਹੁਤ ਕੀਤੀ ਅਸੀਂ। ਹਰ ਮਿਲਣ ਵਾਲਾ ਪੁੱਛਦਾ ਏ ਤੇਰਾ ਸੱਜਣ ਯਾਰ ਪਰਿਵਾਰ ਕਿੰਨਾ, ਸਾਖ ਸੰਬੰਧੀ ਨੇ ਤੇਰੇ ਹੋਰ ਕਿੰਨੇ, ਅੱਗੇ ਉਹਨਾਂ ਦਾ ਕਾਰੋਬਾਰ ਕਿੰਨਾ, ਕਿੰਨਾ ਕੋਲ ਹੈ ਨਗਦ ਤੇਰੇ, ਬਾਹਰ ਚੱਲਦਾ ਤੇਰਾ ਉਧਾਰ ਕਿੰਨਾ, ਪਰ ਕਿਸੇ ਨਿਮਾਣੇ ਨੇ ਕਦੇ ਇਹ ਨਹੀਂ ਪੁੱਛਿਆ ਤੇਰਾ ਉਸ ਵਾਹਿਗੁਰੂ ਦੇ ਨਾਲ ਪਿਆਰ ਕਿੰਨਾ, ਤੇਰਾ ਉਸ ਵਾਹਿਗੁਰੂ ਦੇ ਨਾਲ ਪਿਆਰ ਕਿੰਨਾ। ਕੀ ਨਾਮ ਜੀ ਤੁਹਾਡਾ? ਸਿਮਰਨਜੀਤ ਕੌਰ। ਓਕੇ, ਤੁਸੀਂ ਕਿਹੜਾ ਸਬਜੈਕਟ ਹੈ ਤੁਹਾਡੇ ਕੋਲ? ਮੇਰੇ ਕੋਲ ਜੀ ਸਰਫੇਸ ਆਰਨਾਮੈਂਟੇਸ਼ਨ, ਕਢਾਈ ਕਲਾਸ ਹੈ ਮੇਰੀ। ਓਕੇ ਜੀ, ਹਾਂਜੀ, ਕੀ ਸੁਣਾਓਗੇ ਜੀ? ਸਰ ਮੈਨੂੰ ਕੁਝ ਨਹੀਂ ਆਉਂਦਾ। ਨਹੀਂ ਨਹੀਂ, ਉਧਰੋਂ ਉਧਰੋਂ ਫਰਮਾਇਸ਼ ਆਈ ਵੇਖੋ। ਇਹ ਬੋਲੀਆਂ ਪਾਉਂਦੇ ਜੀ? ਕਰ ਸੋਹਰਿਆਂ ਦਾ ਕੱਚਾ ਮੇਥੋਂ ਲਿਪਿਆ ਨਾ ਜਾਵੇ, ਕਰ ਸੋਹਰਿਆਂ ਦਾ ਕੱਚਾ ਮੇਥੋਂ ਲਿਪਿਆ ਨਾ ਜਾਵੇ, ਮੇਰਾ ਦਿਲ ਘਬਰਾਵੇ ਮੇਰੀ ਸੱਸ ਸਮਝਾਵੇ, ਨੀ ਤੂੰ ਇੰਜ ਲਿਪਡਾਰੀਏ ਇੰਜ ਲਿਪਨੀ, ਨੀ ਤੂੰ ਇੰਜ ਲਿਪਡਾਰੀਏ ਇੰਜ ਲਿਪਨੀ, ਨੀ ਤੂੰ ਇੰਜ ਲਿਪਡਾਰੀਏ ਇੰਜ ਲਿਪਨੀ। ਮੈਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਮ ਤੁਹਾਡਾ ਕੀ ਨਾਮ ਜੀ? ਅਨੀਤਾ ਸ਼ਰਮਾ ਜੀ। ਓਕੇ ਮੈਮ, ਮੈਮ ਤੁਸੀਂ ਐਨਜੀਓ ਇੱਕ ਚਲਾਉਂਦੇ ਹੋ ਜੀ? ASUK ਐਨਜੀਓ ਸੋਸਾਇਟੀ। ਓਕੇ ਜੀ, ਉਹਦੇ ਵਿੱਚ ਕੀ ਕਿੱਦਾਂ ਦੀ ਸੇਵਾ ਨਿਭਾਉਂਦੇ ਹੋ ਜੀ, ਕੀ ਹੁੰਦਾ ਜੀ? ਸੇਵਾ ਸਾਰੀ ਟਾਈਪ ਦੀ, ਜਿਹੜਾ ਕੋਈ ਗਰੀਬ ਹੈ, ਹਾਂਜੀ, ਜਿਹਦਾ ਕੋਈ ਵਿਆਹ ਨਹੀਂ, ਬੱਚੇ ਦਾ ਹੋ ਸਕਦਾ, ਵਿਆਹ ਕਰਦੇ ਹਾਂ ਜੀ, ਮੈਡੀਸਨ ਲੈ ਕੇ ਦਿੰਦੇ ਹਾਂ, ਕਿਸੇ ਕੋਲ ਛੱਤ ਨਹੀਂ ਹੈ ਛੱਤ ਲੈ ਕੇ ਦਿੰਦੇ ਹਾਂ, ਇਲਾਜ ਕਰਾਉਂਦੇ ਹਾਂ ਜੀ। ਚਲੋ ਬਹੁਤ ਵਧੀਆ ਜੀ, ਤੁਸੀਂ UK ਹੁੰਦੇ ਹੋ ਜੀ? ਜੀ ਜੀ। ਕਿਹੜੀ ਸਿਟੀ ਜੀ? ਮੇਨ UK 'ਚ। ਕਿੱਥੇ ਜੀ? ਬਰਮਿੰਗਮ। ਆਈਵਰ। ਓਕੇ ਆਈਵਰ। ਚਲੋ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਦੇਵੇ, ਤੁਸੀਂ ਬੜੀ ਸੇਵਾ ਨਿਭਾ ਰਹੇ ਹੋ ਜੀ, ਪਰਮਾਤਮਾ ਤੁਹਾਨੂੰ ਹੋਰ ਸ਼ਕਤੀ ਦੇਵੇ, ਹੋਰ ਬਲ ਦੇਵੇ। ਥੈਂਕ ਯੂ ਸੋ ਮਚ। ਪ੍ਰੋਫੈਸਰ ਸਾਹਿਬਾਨਾਂ ਨਾਲ ਗੱਲਬਾਤ ਹੋਈ, ਪ੍ਰਿੰਸੀਪਲ ਸਰ ਨਾਲ ਗੱਲਬਾਤ ਹੋਈ, ਬਹੁਤ ਵਧੀਆ ਲੱਗਿਆ। ਹੁਣ ਇੱਥੋਂ ਦੀ ਬੱਚੀਆਂ ਦਾ ਅਸੀਂ ਗਰੁੱਪ ਡਾਂਸ ਇੰਜੋਏ ਕਰਾਂਗੇ।
ਬਹੁਤ ਮਜ਼ਾ ਆਇਆ ਜੀ। ਤਰਨ ਤਰਨ ਦੇ ਵਿੱਚ ਆਏ ਹਾਂ, ਕਦਗਿਲ ਪਿੰਡ ਹੈ, ਗਵਰਨਮੈਂਟ ਆਈਟੀਆਈ ਕਾਲਜ ਫਾਰ ਵੁਮੈਨ। ਅਗਲੇ ਹਫ਼ਤੇ ਇੱਕ ਨਵੇਂ ਸ਼ੋਅ ਦੇ ਵਿੱਚ, ਨਵੇਂ ਕੈਂਪਸ ਵਿੱਚ ਮਿਲਾਂਗੇ। ਉਮੀਦ ਕਰਦਾ ਤੁਸੀਂ ਇਹ ਸ਼ੋਅ ਨੂੰ ਬਹੁਤ ਇੰਜੋਏ ਕੀਤਾ ਹੋਊਗਾ। ਜਿਹੜੇ ਯੂਟਿਊਬ ਦੇ ਉੱਤੇ ਬਾਹਰ ਬੈਠੇ ਸੱਜਣ, ਸਾਡੇ ਭੈਣ ਭਰਾ, ਵੱਡੇ ਮਾਤਾ, ਬਜ਼ੁਰਗ ਸਾਡੇ ਸ਼ੋਅ ਨੂੰ ਦੇਖਦੇ ਨੇ, ਜਿਨ੍ਹਾਂ ਦੀਆਂ ਬਲੈਸਿੰਗਸ ਦੇ ਨਾਲ ਸ਼ੋਅ ਚੱਲਦਾ, ਉਹਨਾਂ ਦਾ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ ਮੈਂ। ਜੋ ਵੀ ਹਾਂ ਤੁਹਾਡੇ ਕਰਕੇ ਹਾਂ, ਸ਼ੋਅ ਨੂੰ ਇੱਦਾਂ ਹੀ ਪਿਆਰ ਕਰਦੇ ਰਹੋ। ਟਿਲ ਦੈਨ ਟੇਕ ਕੇਅਰ, ਰੱਬ ਰਾਖਾ। ਰਵਨੀਤ ਵੱਲੋਂ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ।